तो अंकल जी सब तो पहला थोड़ा पूरा नाम दस दियो। हाँ जी मनजीत सिंह ढिल्लों। ओके ते स्पेलिंग भी दस दियो। MANJIT DHIM सिंह तो तुम पता ही है। हाँ जी DHILLON। हाँ जी ओके ते थोड़े मम्मी ते डैडी ते नाम की है? गुरदेव सिंह ढिल्लों ता जसवंत कौर ढिल्लों। उन्हें जी फोटो है को उन्हें फोटो तो नहीं चाहिए थी। ठहर के मैं ठहर के देखूँ। ओके गुड। ओके ते थोड़े किन्ने ब्रदर्स ते सिस्टर्स ने? असी तीन भरा हैं। Okay, and two sisters, right? No, no sister. No sister. No sister. Okay. So, 20th of March 1930. 20 March 1930. And where did... In Pandori, P-A-N-D-O-R-A, Pandori Lada Singh. Okay, which district is that? Hoshiarpur. Okay, which district is that? Hoshiarpur. Okay, so, then, where did you come from? 1948. Okay, oh, then, after independence, 1947. Okay, 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 then, after independence, 1947. Okay,
ਸਿਟੀਜ਼ਨਸ਼ਿਪ ਮਿਲੀ ਤਾਂ ਫਿਰ ਇਹਨਾਂ ਨੂੰ ਇੱਥੇ ਕੈਨੇਡੀਅਨ ਲੋਕਾਂ ਨੂੰ ਲੋੜ ਸੀਗੀ ਲੇਬਰ ਫੋਰਸ ਦੀ, ਤਾਂ ਫਿਰ ਉਹ ਉਹਨੇ ਫਿਰ ਆਖਿਆ ਭਈ ਸਾਨੂੰ ਜਿਹੜੇ 18 ਸਾਲ ਤੋਂ ਘੱਟ ਜਿਹੜੇ ਮੁੰਡੇ ਆ ਉਹ ਚਾਹੀਦੇ, ਕੁੜੀਆਂ ਨਹੀਂ, ਕਿਉਂਕਿ ਮੁੰਡਿਆਂ ਤੋਂ ਨਹੀਂ ਮਿਲਣ ਵਿੱਚ ਕੰਮ ਕਰਵਾਉਣਾ ਸੀਗਾ, ਇਸ ਕਰਕੇ ਉਸ ਕੈਟੇਗਰੀ 'ਚ ਮੈਂ ਇੱਥੇ ਆਇਆ। Okay, but so before that your grandpa came to Canada. My grandfather honi aaye 1905 de vich India to tore, 1906 de vich early itthe aa gaye. Okay, haan ji, phir mere daddy honi aaye 1931 de vich. Wow, okay, yeah. Te oh vi mil ch kam kar, mil ke ho sae ki ke jinna chir tusin ਇੱਥੇ ਦੇ ਸਿਟੀਜ਼ਨ ਨਹੀਂ ਸੀਗੇ ਉਹਨਾਂ ਚਿਰ ਤੁਹਾਨੂੰ ਆਮ ਕੌਮ ਲੇਬਰੇ ਕਰਨੀ ਪੈਂਦੀ ਸੀਗੀ, ਕਿਉਂਕਿ ਤੁਸੀਂ ਜਿਹੜੇ ਮਿਊਨਸੀਪੈਲਿਟੀ ਕੰਮ ਜੇ ਸੀਗੇ ਜਾਂ ਜਿਹੜੇ ਸੀਗੇ ਕੋਈ ਵੀ ਗੌਰਮੈਂਟ ਦਾ ਕੰਮ ਉਹ ਤੁਹਾਨੂੰ ਨਹੀਂ ਦਿੱਤਾ ਜਾਂਦਾ। ਹਾਂਜੀ, ਜਾਂ ਜਾਂ ਅਸੀਂ ਇੰਡੀਪੈਂਡੈਂਟ ਹੋਏ ਅਸੀਂ ਤਾਂ ਸਾਨੂੰ ਮੌਕੇ ਮਿਲੇ ਹੈਗੇ ਸਾਰੇ। ਹਾਂਜੀ, ਸੋ ਮਾਰੇ ਜਿਹੜੇ ਗ੍ਰੈਂਡਫਾਦਰ ਹੋਣੀ ਆ ਉਹ ਜਦ 1906 'ਚ ਆਏ ਉਹ ਨਾ ਉੱਥੇ ਇੰਡੀਆ ਦੇ ਵਿੱਚ ਆਰਮੀ 'ਚ ਕੰਮ ਆਰਮੀ 'ਚ ਹੁੰਦੇ ਸੀਗੇ, ਉਹ 5 ਸਾਲ ਉਹਨੇ ਆਰਮੀ 'ਚ ਕੀਤਾ ਕੰਮ, ਤਾਂ ਜਿਸ ਵੇਲੇ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਉਹਨਾਂ ਨੂੰ ਹੋਈ ਉੱਥੇ ਇੰਡੀਆ ਦੇ ਵਿੱਚ ਆਰਮੀ ਦੇ ਵਿੱਚ, ਕਿਉਂਕਿ ਜਿਹੜੇ ਗੋਰੇ ਸੀਗੇ ਨਾ ਉਹ ਦਬਕੇ ਬਹੁਤੇ ਮਾਰਦੇ ਸੀ ਬਗੈਰ ਕਿਸੇ ਗੱਲ 'ਤੇ, ਸਾਨੂੰ ਕੀ ਕਿ ਸਾਨੂੰ ਗੁਲਾਮ ਸਮਝਦੇ ਸੀਗੇ ਉਹ। ਫਿਰ ਬਾਬਾ ਬਈ ਉਸ ਆਪਣਾ ਨੌਕ ਟਾ ਕੇ ਇੱਥੇ ਆ ਗਏ, ਪਰ ਉਹਨਾਂ ਨੂੰ ਨਾ ਆਪਣੇ ਜੋ ਕਹਿੰਦੇ ਹੈਗੇ ਆ ਰੋਮਨ ਇੰਗਲਿਸ਼, ਉਹ ਤੁਸੀਂ ਇੰਗਲਿਸ਼ ਵਿੱਚ ਲਿਖੇ ਹੋਏ ਹੈਗੇ ਤਾਂ ਉਹਨਾਂ ਨੂੰ ਕਹਿੰਦੇ ਰੋਮਨ ਇੰਗਲਿਸ਼, ਉਹ ਚੰਗੀ ਤਰ੍ਹਾਂ ਜਾਣਦੇ ਸੀਗੇ। ਤਾਂ ਉਹ ਫਿਰ ਜਿਸ ਵੇਲੇ ਇੱਥੇ ਆਏ ਤਾਂ ਯਾਦ ਨਾ ਵਿਕਟੋਰੀਆ ਤੋਂ ਲੈ ਕੇ ਨਨੈਮੋ ਤਾਈਂ ਨਵੀਆਂ CPR ਨੇ ਰੇਲਵੇ ਬਣਾਈਆਂ, ਤਾਂ ਫਿਰ ਉਸ ਵੇਲੇ ਉਹਦੇ ਵਿੱਚ ਉਹਨਾਂ ਨੂੰ ਹਿੰਦੁਸਤਾਨੀਆਂ ਦੇ ਜਿਹੜੇ ਸੀਗੇ ਲੋਕ ਕੰਮ ਕਰਦੇ ਉਹਨਾਂ 'ਚ ਉਹਨਾਂ ਨੂੰ ਗੈਂਗ ਫੋਰਮੈਨ ਦਾ ਕੰਮ ਦੇ ਦਿੱਤਾ, ਉੱਥੇ ਫੋਰਮੈਨ ਲੱਗ ਗਏ। ਤਾਂ ਉਹ ਨਾ ਉਹ ਚੈੱਕ ਕਰਨ ਗਏ, ਡਾਇਨਾਮਾਈਟ ਚੈੱਕ ਕਰਨ ਗਏ, ਡਾਇਨਾਮਾਈਟ ਪਈ ਕਿਉਂਕਿ ਆਪਣੇ ਰਾਜ ਪਹਾੜੀ ਆਉਣੀ ਸੀ ਉਹਨੂੰ ਕਲੀਅਰ ਕਰਦੇ ਸੀ ਨਾ ਰੇਲ ਰੋਡ ਵਾਸਤੇ, ਤਾਂ ਕਿਸੇ ਨੇ ਗਲਤੀ ਦੇ ਨਾਲ ਉਹਨਾਂ ਦਾ ਉਹ ਟ੍ਰਿਗਰ ਕਰਤਾ, ਤਾਂ ਬਾਬਾ ਜੀ ਉੜ ਕੇ ਅਬਾਊਟ 30 ਫੀਟ ਅਪ ਇਨ ਦਾ ਏਅਰ, ਸੋ ਹੀ ਲੋਸਟ ਹਿਸ ਥੰਬ।
ਤੇ ਨਾਲ ਇੱਕ ਅੱਖ ਡੈਮੇਜ ਹੋ ਗਈ। ਉਹਨਾਂ ਸਮੇਂ ਦੇ ਵਿੱਚ ਕੋਈ ਵੀ ਕੰਪਨਸੇਸ਼ਨ ਨਹੀਂ ਸੀ ਮਿਲਦਾ। ਜਿੱਦਾਂ ਕਹਿੰਦੇ ਹੈਗੇ ਭਾਈ ਇੱਕ ਭਾਈ ਘੋੜਾ ਮਰ ਗਿਆ, ਇਹ ਘੋੜਾ ਮਰ ਗਿਆ ਦੂਜੇ ਘੋੜੇ ਨੂੰ ਲਾ ਲਓ। ਹਾਂ ਏਦਾਂ ਨਹੀਂ ਉਸ ਹਾਲਾਤ ਸੀਗੇ। ਸੋ ਸਾਡੇ ਲੋਕਾਂ ਨੇ ਬਹੁਤ ਔਖੇ ਹੋ ਕੇ ਜਿਹੜੇ ਅਸੀਂ ਹੁਣ ਜਿਹੜੇ ਹੁੰਦੇ ਲੋਕ ਇੱਥੇ ਆਏ ਨਾ ਉਹਨਾਂ ਵਾਸਤੇ ਉਹਨੀ ਬਹੁਤ ਚੰਗੀ ਮਿਹਨਤ ਕਰਕੇ ਔਖੇ ਹੋ ਕੇ ਉਹਨਾਂ ਵਾਸਤੇ ਰਾਹ ਖੋਲ੍ਹੇ। ਹਾਂਜੀ ਫਿਰ ਬਾਬਾ ਜੀ ਨਾ ਉਹਦੇ ਬਾਅਦ ਫਿਰ ਉਹ ਜਦ ਫਿਰ ਗਦਰ ਪਾਰਟੀ ਸ਼ੁਰੂ ਹੋਈ ਆ ਗਦਰ ਪਾਰਟੀ ਕੈਲੀਫੋਰਨੀਆ ਦੇ ਵਿੱਚ ਉਹ ਫਿਰ ਉਹਦੇ ਵਿੱਚ ਉਹ ਇਨਵੋਲਵ ਹੋ ਗਏ, ਉਹਦੇ ਮੈਂਬਰ ਬਣ ਗਏ। ਜਦ ਫਿਰ 1914 ਦੇ ਵਿੱਚ ਇੱਥੋਂ ਗਦਰ ਪਾਰਟੀ ਵਾਲੇ ਗਦਰ ਮਚਾਉਣ ਗਏ ਨਾ ਇੰਡੀਆ ਨੂੰ, ਉਹ ਫਿਰ ਬਾਬਾ ਜੀ ਵੀ ਉੱਥੇ ਚਲ ਗਏ। ਬਹੁਤ ਸਾਰੇ ਲੋਕ ਉੱਥੇ ਦੀ ਗੌਰਮੈਂਟ ਨੇ ਫੜ ਲਿਆ ਤਾਂ ਬਾਬਾ ਜੀ ਸਾਹਮਣੇ ਬਚ ਕੇ ਮੁੜ ਕੇ ਫਿਰ ਕੈਲੀਫੋਰਨੀਆ ਨੂੰ ਆ ਗਏ। ਜਦ ਫਿਰ 1922 ਦੇ ਵਿੱਚ ਉੱਥੇ ਸੀਗੇ ਇੱਕ ਗਦਰੀ ਬਾਬੇ ਸੀਗੇ ਰਤਨ ਸਿੰਘ ਰਾਪੁਰ ਡੱਬਾ ਅਤੇ ਭਾਈ ਸੰਤੋਖ ਸਿੰਘ, ਉਹ ਰਸ਼ੀਆ ਨੂੰ ਚਲ ਗਏ ਐਜੂਕੇਟ ਲੈਣ ਵਾਸਤੇ ਵੀ ਹਾਉ ਵੀ ਕੈਨ ਗੈਟ ਇਟ ਆਫ ਇੰਗਲਿਸ਼ ਫਰੋਮ ਇੰਡੀਆ ਬਿਕੋਜ਼ ਰਸ਼ੀਅਨ ਲੋਕ ਚਾਹੁੰਦੇ ਸੀਗੇ ਅਤੇ ਹਿੰਦੁਸਤਾਨ ਆਪਣੇ ਆਪਣੇ ਪੈਰਾਂ 'ਤੇ ਆਪ ਖੜ੍ਹੇ ਹੋਵੇ। ਬਾਬਾ ਜੀ ਚਲ ਗਿਆ। ਸੋ ਜਿਹੜੇ ਉਹ ਗਏ ਨਾ ਭਾਈ ਸੰਤੋਖ ਸੋਣੀ ਤੇ ਰਾਪੁਰ ਡੱਬੇ ਹੋਣੀ ਤਾਂ ਬਾਬਾ ਜੀ ਨੂੰ ਕਹਿੰਦੇ ਵੀ ਤੂੰ ਇੱਕ ਪਰਸਨ ਹੈਗਾ ਜਿਹੜਾ ਗਦਰ ਪਾਰਟੀ ਦੀ ਦੇਖਭਾਲ ਕਰ ਸਕਦਾ, ਸੋ ਇਹਨਾਂ ਦੀ ਰਿਸਪੋਂਸੀਬਿਲਟੀ ਸਾਰੀ ਬਾਬਾ ਜੀ ਨੂੰ ਦੇਵੇ। ਸੋ ਬਾਬਾ ਜੀ ਹੁਣੀ ਫਿਰ 1922 ਤੋਂ ਲੈ ਕੇ 1934 ਤਾਈਂ ਉੱਥੇ ਜਿਹੜਾ ਗਦਰ ਆਸ਼ਰਮ ਕੈਲੀਫੋਰਨੀਆ ਸੀਗਾ ਫਾਈਵ ਵੁੱਡ ਸਟਰੀਟ ਕੈਲੀਫੋਰਨੀਆ ਇਨ ਸੈਨ ਫਰਾਂਸਿਸਕੋ ਉੱਥੇ ਫਿਰ ਉਹ ਉੱਥੇ ਰਹੇ ਹੋ ਤਾਂ ਉਹਨੀ ਫਿਰ ਬਾਬਾ ਜੀ ਸਾਡੇ ਕਵੀ ਸੀਗੇ ਹੀ ਵਾਜ਼ ਅ ਪੋਇਟ ਉਹ ਕਵਿਤਾ ਬਹੁਤ ਲਿਖਦੇ ਹੁੰਦੇ ਸੀਗੇ ਤਾਂ ਉਹਨੀ ਫਿਰ ਉਹ ਚਲ ਗਏ 1935 ਦੇ ਵਿੱਚ ਸ਼ੁਰੂ ਦੇ ਵਿੱਚ ਉਹ ਵੀ ਚਲ ਗਏ ਫਿਰ ਉੱਥੇ ਨੂੰ ਰਸ਼ੀਆ ਨੂੰ ਐਜੂਕੇਟ ਲੈਣ ਲਈ। ਯਾਦ ਜਿਹੜੀ ਲੜਾਈ ਜੰਗ ਜਨਤਾ ਦੀ ਬਣ ਗਈ ਨਾ, ਸਾਂਝੀ ਲੜਾਈ ਹੋ ਗਈ ਸਾਂਝੇ ਫਰੰਟ 'ਤੇ ਹੋ ਗਿਆ ਕਿਉਂਕਿ ਜਰਮਨ ਨੇ ਜਿਸ ਵੇਲੇ ਹੈ ਨਾ ਬਹੁਤ ਨੁਕਸਾਨ ਕੀਤਾ ਤਾਂ ਫਿਰ ਜਿਹੜਾ ਹੈਗਾ ਅਮਰੀਕਾ ਅਤੇ ਕੈਨੇਡਾ ਵੀ ਨਾਲੇ ਸੀਗੇ, ਇਹ ਫਿਰ ਇੰਗਲੈਂਡ ਦੇ ਨਾਲ ਰਲ ਗਏ ਤਾਂ ਵੀ ਹਾਉ ਵੀ ਕੈਨ ਡਿਫੀਟ ਜਰਮਨੀ, ਇਹਨੂੰ ਕਹਿੰਦੇ ਹੈਗੇ ਆ ਜੰਗ ਜਨਤਾ ਦੀ ਬਣ ਗਏ ਲੜਾਈ ਹੋ ਗਈ। ਉਹ ਫਿਰ ਜਿਹੜੇ ਉੱਥੇ ਦੇ ਲੋਕੀ ਸੀ ਨਾ ਉਹਨੇ ਆਖਿਆ ਜਿਹੜੇ ਰਸ਼ੀਅਨ ਲੋਕੀ ਸੀਗੇ ਉਹਨੇ ਕਿਹਾ ਵੀ ਸਾਡੇ ਕੋਲ ਇੱਥੇ ਕੰਮ ਕਰਨ ਵਾਲੇ ਆਏ ਵਾ, ਇਹ ਉਹ ਆਪਣੇ ਦੇਸ਼ ਨੂੰ ਮੁੜ ਕੇ ਜਾਣਾ ਮੰਗਦੇ ਆ ਅਤੇ ਉਹ ਕਹਿੰਦੇ ਆ ਜਾਓ। ਜਦ ਇਹ ਪੰਜ ਜਾਣੇ ਇਕੱਠੇ ਗਏ ਮੁੜ ਕੇ ਇੰਡੀਆ ਨੂੰ, ਜਿਹਦੇ ਨਾਲ ਬਾਬਾ ਜੀ ਸੀਗੇ ਨਿਧਾਨ ਸਿੰਘ ਮਹੇਰ ਸੀ ਬਹੁਤ ਚੰਗੇ ਬਾਬਾ ਜੀ ਦੇ ਫਰੈਂਡ ਸੀਗੇ, ਇਹ ਵੀ ਮੁੜ ਕੇ ਤਿੰਨ ਜਾਣੇ ਨਾਲ ਹੋਰ ਸੀਗੇ। ਜਦ ਉਹ ਕੋਟੇ ਦੀ ਹੱਦ 'ਤੇ ਗਏ ਜਿਹੜੀ ਹਿੰਦੁਸਤਾਨ ਦੀ ਹੱਦ ਸੀਗੀ ਤਾਂ ਉੱਥੇ ਫਿਰ ਉਹਨੇ ਇਹਨਾਂ ਨੂੰ ਫੜ ਲਿਆ ਤਾਂ ਉਹ ਉਹਨਾਂ ਸਾਰਿਆਂ ਦੇ ਨਾ ਦਾੜੀਆਂ ਮੁੰਨੀਆਂ ਹੀ ਸੀਗੀਆਂ। ਸੋ ਜੇ ਉਹਨਾਂ ਦੇ ਹੁਣ ਬਾਬਾ ਜੀ ਦੇ ਸਾਰੇ ਚਿੱਟੇ ਵਾਲ ਦਾੜੀ ਦੇ ਆਏ ਹੋ ਸੀਗੇ, ਉਹ ਕਹਿੰਦੇ ਕਿ ਵੀ ਇਹ ਬਾਬਾ ਸਾਨੂੰ ਕੋਈ ਦੱਸੂਗਾ ਵੀ ਉੱਥੇ ਵੀ ਕੀ ਕਰਕੇ ਆਏ ਆ। ਹੁਣ ਬਾਬਾ ਜੀ ਤਾਂ ਹੁਣ ਉਹ ਤਾਂ ਉਹਨਾਂ ਪੂਰੇ ਉਹਨੇ ਉਹ ਤਾਂ ਪੂਰੇ ਹੰਡੇ ਹੋ ਸਕੇ ਕਈ ਸਾਤੋ ਨਹੀਂ ਕੀ ਪੁੱਛਣਾ, ਪਰ ਬਾਬਾ ਜੀ ਕਹਿੰਦੇ ਮੇਰੀ ਉਹਨੇ ਬਹੁਤ ਸੇਵਾ ਕੀਤੀ, ਕਦੇ ਕਦੇ ਵੱਖਰੀ ਵੱਖਰੀ ਚੀਜ਼ਾਂ ਮੈਨੂੰ ਖਵਾਈਆਂ ਅਤੇ ਮੈਨੂੰ ਵੀ ਅਸਾਂ ਕੋਈ ਦੱਸੂਗਾ। ਉੱਥੋਂ ਫਿਰ ਕੋਟੇ ਦੀ ਹੱਥ ਲੈ ਕੇ
ਫਿਰ ਉਹ ਲਾਹੌਰ ਜੇਲ੍ਹ ਨੂੰ ਲੜਿਆ, ਲਾਹੌਰ ਜੇਲ੍ਹ ਨੂੰ ਲੜਿਆ, ਉੱਥੇ ਉਹ ਤਿੰਨ ਮਹੀਨੇ ਲਾਹੌਰ ਜੇਲ੍ਹ ਦੇ ਵਿੱਚ ਰਹੇ। ਤਾਂ ਫਿਰ ਉਹਨਾਂ ਨੂੰ ਫਿਰ ਆਖਿਆ ਵੀ ਤੁਹਾਡੇ ਕੋਲ ਇੱਕ ਹਫ਼ਤਾ ਹੈਗਾ, ਤੁਸੀਂ ਫਿਰ ਆਪਣੇ ਆਪਣੇ ਜਿਹੜੇ ਰਿਸ਼ਤੇਦਾਰਾਂ ਨੂੰ ਮਿਲ ਲਓ। ਨਹੀਂ ਨਹੀਂ ਉਸਲੇ ਉਸੇ ਪਾਕਿਸਤਾਨ ਨਹੀਂ ਸੀਗਾ ਬਣਿਆ, ਉਸਲੇ ਸਾਰਾ ਇੱਕੋ ਹਿੰਦੁਸਤਾਨ ਸੀਗਾ। 1943 ਦੇ ਵਿੱਚ, 1943 ਦੇ ਵਿੱਚ ਉਸਲੇ ਫਿਰ ਉਹਨੂੰ ਕਹਿੰਦੇ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਸੀਂ ਆਪਣੇ ਫਰੈਂਡਾਂ ਨੂੰ ਮੁੜ ਕੇ ਤੁਸੀਂ ਆਪਣੇ ਪਿੰਡੋਂ ਬਾਹਰ ਨਹੀਂ ਜਾ ਸਕਦੇ। ਸੋ ਉਹਨਾਂ ਦੇ ਉੱਪਰ ਫਿਰ ਇੱਕ ਪੁਲਿਸਮੈਨ ਸਟੱਡੀ ਲਾ ਤਾ ਵੀ ਤੂੰ ਆਪਣੇ ਤੂੰ ਆਪਣੇ ਪਿੰਡੋਂ ਬਾਹਰ ਨਹੀਂ ਜਾ ਸਕਦਾ। ਨਾ ਮੋਨੀਟਰ ਕਰਦੇ ਸੀ ਫਿਰ ਪਿੰਡ ਦੇ ਲੋਕਾਂ ਨੇ ਬਾਬਾ ਜੀ ਨੂੰ ਸਰਪੰਚ ਬਣਾ ਤਾ, ਜਿੱਦਾਂ ਪਿਆ ਹੁੰਦਾ ਆਪਣੇ ਮੇਅਰ ਹੁੰਦੇ ਹੈਗੇ ਉਹ। ਫਿਰ ਬਾਬਾ ਜੀ 1945 ਤੋਂ ਲੈ ਕੇ 1960 ਤਾਈਂ ਉਹ ਐਕਲਾਮੇਸ਼ਨ ਕਰਕੇ ਉਹ ਰਹੇ ਸਰਪੰਚ, ਉਹਨਾਂ ਦੀ ਕਿਸੇ ਨੇ ਕੋਈ ਮੁਖਾਲਫਤ ਨਹੀਂ ਕੀਤੀ। ਫਿਰ ਜਦ 1960 ਦੇ ਵਿੱਚ ਬਾਬਾ ਜੀ ਸਿਆਣੇ ਹੋ ਗਏ, ਉਹਨੇ ਫਿਰ ਕਹਿੰਦੇ ਵੀ ਹੁਣ ਇੱਦਾਂ ਕਰੋ ਵੀ ਮੈਂ ਹੁਣ ਨਹੀਂ ਗਾਹਾਂ ਕਰਨਾ। ਉਹਨੇ ਫਿਰ ਇੱਕ ਬੰਦਾ ਹੋਰ ਸੀਗਾ, ਉਹਦਾ ਨਾਮ ਸੀ ਮਿਲਖਾ ਸਿੰਘ, ਉਹ ਕਹਿੰਦੇ ਮੇਰੇ ਤੇ ਮਿਲਖਾ ਸਿੰਘ ਹੋ ਜਾਵੇ। ਤਾਂ ਫਿਰ 1964 ਦੇ ਵਿੱਚ ਉਹ ਬਾਬਾ ਜੀ ਹੋਰ ਸਿਆਣੇ ਹੋ ਗਏ, ਤਾਂ ਸਾਡੇ ਇੱਥੇ ਸੀਗੇ ਆਪਣੇ ਗੁਰਦਿਆਲ ਸਿੰਘ ਤੇਜਾ। ਹਾਂਜੀ ਹਾਂ, ਗੁਰਦਿਆਲ ਸਿੰਘ ਤੇਜਾ ਸੀਗੇ, ਸਾਡੇ ਮੇਰੇ ਡੈਡੀ ਦੇ ਬਹੁਤ ਫਰੈਂਡ ਸੀਗੇ। ਤਾਂ ਇਹੋ ਇੰਡੀਆ ਨੂੰ ਗਏ ਸੀਗੇ, ਉਹ ਕਹਿੰਦੇ ਕਿ ਬਈ ਕੋਈ ਚੀਜ਼ ਤਾਂ ਨਹੀਂ ਮੰਗਵਾਉਣੀ। ਸਾਡੇ ਡੈਡੀ ਹੁਣੀ ਕਹਿਣ ਲੱਗੇ ਭਈ ਤੂੰ ਮੇਰੇ ਬਾਪੂ ਨੂੰ ਨਾਲ ਲੈ ਆਉਂਦਾ। ਹਾਂਜੀ ਹਾਂਜੀ, ਸੋ ਉਹ ਫਿਰ ਸਾਡੇ ਕੋਲ ਇੱਥੇ ਇੱਥੇ ਸਾਡੇ ਕੋਲ ਫਿਰ 7 ਸਾਲ ਰਹੇ, ਸਾਡੇ ਕੋਲ 7 ਸਾਲ ਰਹੇ ਬਾਬਾ ਜੀ। ਤਾਂ ਫਿਰ ਉਹ 21 ਜੂਨ 1971 ਨੂੰ ਉਹ ਫਿਰ ਨੇ 21 ਜੁਲਾਈ ਨੂੰ ਉਹ ਫਿਰ ਸਾਡੇ ਕੋਲ ਵਿਛੜ ਗਏ। ਹਾਂਜੀ ਹਾਂਜੀ, ਸੋ ਇਹ ਹੈਗੀ ਬਾਬਾ ਜੀ ਦੀ ਸਟੋਰੀ। ਅਤੇ ਬਾਕੀ ਹੁਣ ਜੇ ਹੁਣ ਮੇਰੀ ਸਟੋਰੀ ਆ, ਮੈਂ ਕਿੱਦਾਂ ਸ਼ੁਰੂ ਆਇਆ, ਉੱਥੋਂ ਆਇਆ ਹੈਗਾ, ਉਹ ਤੁਹਾਨੂੰ ਦੱਸਦਾ ਵੀ ਅਸੀਂ ਜਿਹੜੇ ਸੀਗੇ ਨਾ ਅੰਡਰ 18 ਉਹ ਉਸ ਕੈਟਾਗਰੀ 'ਚ ਅਸੀਂ ਆਏ ਇੱਥੇ। ਉਹਦੇ ਵਿੱਚ ਫਿਰ ਅਸੀਂ ਨਹੀਂ ਅਪਲਾਈ ਨਹੀਂ, ਮੇਰੇ ਡੈਡੀ ਹੁਣੀ ਨਾ ਉਹ ਬਹੁਤ ਹੀ ਡੈਡੀ ਹੁਣੀ ਪੋਇਟ ਸੀਗੇ ਅਤੇ ਬਾਬਾ ਜੀ ਦਾ ਪੋਇਟ ਸੀਗੇ, ਡੈਡੀ ਹੁਣੀ ਪੋਇਟ ਸੀਗੇ, ਬਹੁਤ ਪੋਇਟ ਹੀ ਆ। ਤਾਂ ਉਹਨੇ ਫਿਰ ਉਹਨਾਂ ਸਮਿਆਂ ਦੇ ਵਿੱਚ 10 ਘੰਟੇ ਰੋਜ਼ ਕੰਮ ਕਰਦੇ ਹੁੰਦੇ ਸੀਗੇ, ਇਨ ਅਰਲੀ 40 ਨੋਟ 8 ਆਵਰ 10 ਘੰਟੇ ਮਿਲਾਂ ਵਿੱਚ ਵੀ ਸਾਰੇ 10 ਘੰਟੇ ਕੰਮ ਕਰਦੇ ਹੁੰਦੇ ਸੀ। ਤਾਂ ਜਿਹੜੇ ਡੈਡੀ ਉਹਨੇ ਆਖਿਆ ਵੀ ਮਿਲ ਦੇ ਕੰਮ ਨਾਲੋਂ ਜੇ ਮੈਂ ਵੈਲਡਿੰਗ ਸਿੱਖ ਲਵਾਂ ਨਾ ਤਾਂ ਵੀ ਮੈਨੂੰ ਬੈਟਰ ਜੋਬ ਹੋਊਗੀ ਵੈਲਡਿੰਗ। ਹਾਂਜੀ, ਉਹ ਫਿਰ ਇੱਥੇ ਵੈਨਕੂਵਰ ਇੱਥੇ ਮੂਵ ਹੋ ਗਿਆ। ਇੱਥੇ ਹੁੰਦਾ ਸੀਗਾ ਇੱਕ, ਉਹਨੂੰ ਕਹਿੰਦੇ ਹੁੰਦੇ ਸੀਗੇ ਅਲਬਰਟਾ ਕੁੱਕ ਹਾਊਸ, ਅਲਬਰਟਾ ਕੁੱਕ ਹਾਊਸ ਹੁੰਦਾ ਸੀਗਾ ਕੋਰਨਰ ਆਫ 7th ਐਂਡ ਅਲਬਰਟਾ, ਵੈਨਕੂਵਰ ਦੇ ਵਿੱਚ। ਉਹਨੂੰ ਕਹਿੰਦੇ ਸੀ ਅਲਬਰਟਾ ਕੁੱਕ ਹਾਊਸ ਇਸ ਕਰਕੇ ਸਾਦੇ ਸੀ, ਉਹਦੇ ਥੱਲੇ 6th ਐਵਨਿਊ ਦੇ ਉੱਪਰ ਅਲਬਰਟਾ ਮਿਲ ਹੁੰਦੀ ਸੀ, ਲੰਬਰ ਮਿਲ ਹੁੰਦੀ ਸੀ ਅਲਬਰਟਾ ਮਿਲ। ਹਾਂਜੀ, ਉਹ ਫਿਰ ਡੈਡੀ ਹੁਣੀ ਇੱਥੋਂ ਨੌਰਥ ਵੈਨਕੂਵਰ ਕੰਮ ਕਰਨ ਜਾਣਾ, ਉੱਥੋਂ ਫਿਰ 10 ਘੰਟੇ ਕੰਮ ਕਰਕੇ ਮੁੜ ਕੇ ਘਰ ਨੂੰ ਆਉਣਾ ਅਲਬਰਟਾ ਕੁੱਕ ਹਾਊਸ ਨੂੰ। ਤਾਂ ਫਿਰ ਉਹਨੇ ਦੇਖਿਆ ਉੱਥੇ ਵੀ ਜਿਹੜਾ ਹੈਗਾ ਵੈਲਡਿੰਗ ਦਾ ਕੰਮ ਉਹ ਤਾਂ ਡਰਟੀ ਆ, ਉੱਥੇ ਜਿਹੜੇ ਹੈਗੇ ਇਲੈਕਟ੍ਰੀਸ਼ੀਅਨ ਹੈਗੇ ਆ
ਤੇ ਉਹ ਫੇ ਮੈਂ ਉਹ ਕੰਮ ਕਰਾਂ ਉਹ ਫੇ ਨਾਈਟ ਸਕੂਲ ਜਾਣ ਲੱਗ ਪਏ ਤੇ 10 ਘੰਟੇ ਉੱਥੇ ਕੰਮ ਕਰਨਾ 2 ਘੰਟੇ ਹੋ ਗਏ ਟਰੈਵਲ ਟਾਈਮ ਦੇ ਮੁੜ ਕੇ ਫੇਰ ਨਹੀਂ ਜਾਣਾ ਨਾਈਟ ਸਕੂਲ ਨੂੰ ਵੈਨਕੂਵਰ ਟਾਊਨ ਨੂੰ ਕਿਹੜਾ ਸਕੂਲ ਸੀ ਇਲੈਕਟ੍ਰੀਸ਼ਨ ਮੈਨੂੰ ਸਕੂਲ ਦਾ ਨਹੀਂ ਯਾਦ ਹੈ ਇਲੈਕਟ੍ਰੀਸ਼ਨ ਉਹ ਨਾਈਟ ਸਕੂਲ ਹੁੰਦੇ ਸੀ ਨਾ ਨਾਈਟ ਸਕੂਲ ਹੁੰਦੇ ਸੀਗੇ ਉਦੋਂ ਉੱਥੇ ਜਾਣ ਆਪਣਾ ਉਹਨਾਂ ਦੇ ਫਿਰ ਦਿਮਾਗ ਦੇ ਵਿੱਚ ਇੰਨਾ ਪ੍ਰੈਸ਼ਰ ਪਿਆ ਤਾਂ ਉਹਨਾਂ ਦੇ ਉਹ ਫਿਰ ਉਹ ਸਿੱਖ ਹੋ ਗਿਆ ਉਹ ਜਦ ਸਿੱਖ ਹੋ ਗਿਆ ਜਾ ਰਹੇ ਤਾਂ ਫਿਰ ਇੱਥੇ ਡਾਕਟਰ ਕਹਿੰਦੇ ਤੂੰ ਕੋਈ ਇੱਥੇ ਅਸੀਂ ਇਲਾਜ ਨਹੀਂ ਕਰ ਸਕਦੇ ਵੀ ਤੈਨੂੰ ਛੁੱਟੀ ਚਾਹੀਦੀ ਆ ਉਹ ਡੈਡੀ ਹੋਣੀ ਐਂਡ ਆਫ 47 ਦੇ ਵਿੱਚ ਇੰਡੀਆ ਨੂੰ ਚੱਲ ਗਿਆ ਇਸ ਕਰਕੇ ਫਿਰ ਜਦ ਫਿਰ ਉਹ ਨਵਾਂ ਕਾਨੂੰਨ ਬਣ ਗਿਆ ਵੀ ਅੰਡਰ 18 ਆ ਸਕਦੇ ਹੈਗੇ ਆ ਤਾਂ ਇਹ ਵੀ ਪਾਠ ਸੋਹਣੀ ਸੋਚਣ ਵਾਲੀ ਗੱਲ ਆ ਤਾਂ ਸਾਡੇ ਬਾਬਾ ਜੀ ਕਹਿੰਦੇ ਡੈਡੀ ਨੂੰ ਵੀ ਗੁਰਦੇਵ ਸਿੰਘ ਕਿੰਨੇ ਕੁ ਪੈਸੇ ਕੋਲ ਰਹਿੰਦੇ ਆ ਉਹ ਕਹਿੰਦੇ ਅਖੇ ਡੈਡੀ ਅਖੇ ਭਾਈ $1,000 ਰਹਿੰਦਾ ਮੇਰੇ ਕੋਲ ਕਹਿੰਦੇ ਜੇ $1,000 ਮੁੱਕ ਗਿਆ ਫਿਰ ਕੀ ਕਰਨਾ ਤੈਂ ਉਹ ਕਹਿੰਦੇ ਅਖੇ ਭਾਈ ਅਖੇ ਮੈਨੂੰ ਤਾਂ ਬਾਪੂ ਜੀ ਪਤਾ ਨਹੀਂ ਮੈਂ ਤਾਂ ਸਿੱਖ ਹਾਂ ਕਹਿੰਦੇ ਜੇ ਤੈਨੂੰ ਨਹੀਂ ਪਤਾ ਹੈਗਾ ਤਾਂ ਫਿਰ ਤੂੰ ਮੈਂ ਜਿੱਦਾਂ ਕਹਿੰਦਾ ਉਦਾਂ ਕਰ ਕਹਿੰਦਾ ਤੂੰ ਮਨਜੀਤ ਨੂੰ ਨਾਲ ਲੈ ਜਾ ਮੈਨੂੰ ਨਾਲ ਲੈ ਜਾ ਤਾਂ ਕਿ ਇਹੋ ਮੈਨੂੰ ਇਹ ਤਾਂ ਕਹਿੰਦਾ ਪੂਰਾ ਯਕੀਨ ਆ ਬਾਬਾ ਜੀ ਕਹਿੰਦੇ ਡੈਡੀ ਹੁਣ ਵੀ ਇਹ ਸਾਡੀ ਫੈਮਿਲੀ ਨੂੰ ਸਪੋਰਟ ਕਰੂ ਉਹ ਕਹਿੰਦੇ ਡੈਡੀ ਹੁਣੀ ਕਹਿੰਦੇ ਮੈਂ ਤਾਂ ਕਿ ਜੇ ਮੈਂ ਰਾਹ 'ਚ ਮਰ ਗਿਆ ਦੇਖੋ ਵੀ ਇੱਕ ਬਾਪ ਆਪਣੇ ਬੇਟੇ ਨੂੰ ਕਹਿੰਦਾ ਤੈਂ ਤਾਂ ਕਹਿੰਦਾ ਮਰੇ ਜਾਣਾ ਕਹਿੰਦਾ ਕਿ ਜੇ ਕਿ ਮੇਰਾ ਪੋਤਾ ਅਖੇ ਮਨਜੀਤ ਅਖੇ ਕੈਨੇਡਾ ਚੱਲ ਜਾਊਗਾ ਸਾਡੀ ਫੈਮਿਲੀ ਨੂੰ ਸਪੋਰਟ ਕਰੂਗਾ ਕਿੰਨਾ ਕਿੰਨਾ ਉੱਚਾ ਖਿਆਲ ਸੀ ਬਾਬਾ ਜੀ ਦਾ ਹੈ ਜੀ ਸੋ ਉਹ ਅਸੀਂ ਫਿਰ ਇਸ ਕਰਕੇ ਆ ਗਏ ਸੋ ਅਸੀਂ ਫਿਰ 2 ਜੂਨ 1948 ਨੂੰ ਉੱਥੋਂ ਆਏ ਹੈਗੇ ਹਾਂ ਕਿਉਂਕਿ ਜਿਹੜਾ ਡੈਡੀ ਹੁਣੀ ਟਿਕਟ ਰੱਖੇ ਸੀਗੇ ਥੋਮਸ ਕੁੱਕ ਐਂਡ ਸਨ ਦੇ ਵਿੱਚ ਥੋਮਸ ਕੁੱਕ ਐਂਡ ਸਨ ਕੰਪਨੀ ਹੁੰਦੀ ਸੀਗੀ ਉਹੀ ਵੱਡੀ ਕੰਪਨੀ ਹੁੰਦੀ ਸੀਗੀ ਨਹੀਂ ਥੋਮਸ ਕੁੱਕ ਐਂਡ ਸਨ ਟਰੈਵਲ ਏਜੰਟ ਟਰੈਵਲ ਏਜੰਟ ਉਹ ਬੜੀ ਕੰਪਨੀ ਹੁੰਦੀ ਸੀ ਤਾਂ ਉਹ ਫਿਰ ਉੱਥੋਂ ਸਾਨੂੰ ਉਹ ਕਹਿੰਦੇ ਵੀ ਤੁਸੀਂ 9 ਤਰੀਕ ਨੂੰ ਆ ਜਾਓ ਉਹਨਾਂ ਦੀ ਸਾਨੂੰ ਆ ਜਿਹੜੀ ਟੈਲਾਗ੍ਰਾਫ ਆਈ 2 ਤਰੀਕ ਨੂੰ 1 ਤਰੀਕ ਨੂੰ ਆਈ ਤਾਂ ਅਸੀਂ ਰੈਡੀ ਸੀ ਆਉਣ ਨੂੰ ਅਸੀਂ ਉੱਥੋਂ 2 ਤਰੀਕ ਨੂੰ ਤੁਰ ਪਏ ਆਪਣੇ ਪਵਾੜੇ ਤੋਂ ਫੁਆੜੇ ਦਾ 2 ਤਰੀਕ ਨੂੰ ਤੁਰ ਪਏ ਤਾਂ ਫੁਆੜੇ ਤੋਂ ਲੈ ਕੇ ਕਲਕੱਤੇ ਨੂੰ ਆਉਣ ਨੂੰ 3 ਦਿਨ ਲੱਗਦੇ ਆ ਥ੍ਰੀ ਡੇਜ਼ ਨਾਈਟ ਸੀ ਤਾਂ ਜਿਸ ਵੇਲੇ ਅਸੀਂ ਸਿੱਧੇ ਉੱਥੇ ਥੋਮਸ ਕੁੱਕ ਐਂਡ ਸਨ ਦੇ ਦਫ਼ਤਰ ਨੂੰ ਗਏ ਉਹ ਕਹਿੰਦੇ ਤੁਸੀਂ ਲੇਟ ਹੋ ਗਏ ਆਖੇ ਕਹਿੰਦੇ ਅਖੇ ਅਸੀਂ ਤਾਂ ਤੁਹਾਡਾ ਟਿਕਟ ਕਿਸੇ ਹੋਰ ਨੂੰ ਵੇਚ ਦਿੱਤਾ ਉਹ ਡੈਡੀ ਹੁਣੀ ਆਖਿਆ ਵੀ ਤੁਸੀਂ ਜਿਸਲੇ ਤੁਸੀਂ ਸਾਨੂੰ ਸੱਦਿਆ ਅਸੀਂ ਉਸ ਵੇਲੇ ਰਾਈਟ ਵੇ ਆ ਗਏ ਸਾਡਾ ਹੁਣ ਸਾਨੂੰ ਹੋਰ ਕੋਈ ਹੈ ਨਹੀਂ ਸੀਗਾ ਪਰ ਉਹਨੇ ਨਾ ਸਾਡਾ ਟਿਕਟ ਜਿਹੜਾ ਸੀਗਾ ਜਿਹੜਾ ਸਾਡਾ ਟਿਕਟ ਸੀਗਾ ਉਹਨੇ ਕਿਸੇ ਨੂੰ ਬਹੁਤੇ ਪੈਸੇ ਦੇ ਕੇ ਉਹਨੂੰ ਕਿਸੇ ਨੂੰ ਵੇਚ ਦਿੱਤਾ ਉਹ ਕਿ ਇਸ ਕਰਕੇ ਉਹਨੇ ਸਾਨੂੰ ਉਹਨੇ ਐਕਸਕਿਊਜ਼ ਕਰ ਲਿਆ ਸਾਨੂੰ ਸਾਨੂੰ ਕਹਿਣ ਲੱਗੇ ਵੀ ਡੈਡੀ ਹੁਣ ਕਹਿੰਦੇ ਕਿ ਤੁਹਾਨੂੰ ਕਿ ਤੁਸੀਂ ਹਾਂਗਕਾਂਗ ਤੋਂ ਹੀ ਚੱਲ ਜਾਓ ਤੁਹਾਨੂੰ ਹਾਂਗਕਾਂਗ ਸਾਨੂੰ ਟਿਕਟ ਸਾਨੂੰ ਮਿਲ ਜਾਊਗਾ ਉਹ ਫਿਰ ਹਾਂਗਕਾਂਗ ਉਹਨੇ ਸਾਨੂੰ ਉਹਨੇ ਐਕਸਕਿਊਜ਼ ਕੀਤਾ ਵੀ ਆਪੇ ਚੱਲ ਜਾਊਗੇ ਅਸੀਂ ਉੱਥੋਂ ਪਲੇਨ ਲੈ ਕੇ ਅਸੀਂ ਹਾਂਗਕਾਂਗ ਨੂੰ ਆ ਗਏ ਜਿਹੜੇ ਸਾਨੂੰ ਉੱਥੇ ਹਾਂਗਕਾਂਗ ਆਏ ਉਹ ਕਹਿੰਦੇ ਇਟਸ ਆਲ ਸੋਲਡ ਆਊਟ ਹਾਂਜੀ ਉੱਥੋਂ ਵੀ ਨਹੀਂ ਆਉਣਾ ਤਾਂ ਪਰ ਜਿਸ ਵੇਲੇ ਅਸੀਂ ਨਾ ਸਿਰਫ ਤੁਹਾਡੀ ਜਾਣਕਾਰੀ ਵਾਸਤੇ ਅਸੀਂ ਜਿਹੜੇ ਉੱਥੇ ਕਲਕੱਤਿਆਂ ਤੁਰੇ ਹਾਂ ਸਾਡੇ ਨਾਲ ਮੈਂ ਡੈਡੀ ਹੋਣੀ ਅਤੇ ਹਰਨਾਮ ਸਿੰਘ ਬੜੈਂਚ ਹੁੰਦਾ ਸਰ ਬੜੈਂਚਾ
ਫਰਨਾਸ ਨੂੰ ਬਣਾਇਆ ਹੁੰਦਾ ਤੇ ਉਹਨੂੰ ਉਹ ਮਿਸ਼ਨ ਉਹਦੀ ਮਿਲਾਂ ਹੁੰਦੀਆਂ ਸੀ ਹਾਂਜੀ ਉਹ ਲੈਕ ਹੁੰਦਾ ਫਿਰ ਲੱਕੀ ਬਰਾੜ ਤੇ ਬੇਬੇ ਹਰਨਾਮ ਕੌਰ ਸੀਗੀ ਉਹ ਅਸੀਂ ਆਏ ਫਿਰ ਇਕੱਠੇ ਹਾਂਗਕਾਂਗ ਤਾਈ ਹਾਂਗਕਾਂਗ ਤੇ ਇਕੱਠੇ ਆਏ ਤਾਂ ਉਹ ਫਿਰ ਉਹਨਾਂ ਦੇ ਟਿਕਟ ਗਾਹਾਂ ਪਲੇਨ ਦੇ ਸਿੱਧੇ ਉਹ ਉੱਥੋਂ ਆ ਗਏ ਅਸੀਂ ਉੱਥੇ ਉਡੀਕਣ ਲੱਗ ਪਏ ਵੀ ਸਾਨੂੰ ਫਿਰ ਬੋਰਡ ਦਾ ਟਿਕਟ ਮਿਲ ਜਾਵੇ ਸਾਨੂੰ ਫਿਰ ਬੋਰਡ ਦਾ ਟਿਕਟ ਫਿਰ ਉਹਨੇ ਨਹੀਂ ਦਿੱਤਾ ਸਾਡੇ ਕੋਲ ਡੈਰੀ ਉਹਨਾਂ ਕੋਲ ਪੈਸੇ ਸੀਗੇ ਇੱਕੋ ਟਿਕਟ ਦੇ ਉਹਨੇ ਫਿਰ ਟੈਲਾਗ੍ਰਾਮ ਗੁਰਦਿਆਲ ਸਿੰਘ ਤੇਜੇ ਨੂੰ ਕੀਤੀ ਵੀ ਤੂੰ ਸਾਡੀ ਹੈਲਪ ਕਰ ਉਹਨੇ ਫਿਰ ਰਾਈਟ ਪਏ ਉਹਨੇ ਫਿਰ ਟੈਲੀਗ੍ਰਾਫ ਦੇ ਨਾਲ ਉਹਨੇ ਸਾਡਾ ਟਿਕਟ ਰੱਖਤਾ ਅਸੀਂ ਫਿਰ ਬੋਟ ਲੈ ਕੇ ਪਲੇਨ ਲੈ ਕੇ ਅਸੀਂ ਆ ਗਏ ਸੈਨ ਫਰਾਂਸਿਸਕੋ ਨੂੰ ਸੈਨ ਫਰਾਂਸਿਸਕੋ ਨੂੰ ਕਿਉਂਕਿ ਡੈਡੀ ਹੋਣਾ ਨੂੰ ਉੱਥੇ ਪਤਾ ਸੀਗਾ ਗਦਰ ਪਾਰਟੀ ਦਾ ਦਫ਼ਤਰ ਦਾ ਫਾਈਵ ਵੁੱਡ ਸਟਰੀਟ ਇਨ ਸੈਨ ਫਰਾਂਸਿਸਕੋ ਅਸੀਂ ਉੱਥੇ ਆ ਗਏ ਤਾਂ ਉੱਥੇ ਜਿਹੜੇ ਉੱਥੇ ਬੰਦੇ ਰਹਿੰਦੇ ਸੀਗੇ ਉਹਨੇ ਫਿਰ ਸਾਨੂੰ ਦੱਸਿਆ ਕਹਿੰਦੇ ਕਿ ਇਹ ਜਿਹੜੇ ਬੜੇ ਦਰਖਤ ਲਾਏ ਹੋਆ ਇਹੋ ਤੇਰੇ ਬਾਬੇ ਨੇ ਲਾਇਆ ਹੋਆ ਹੈ ਜੀ ਇੱਕ ਉਹਨੇ ਫਿਰ ਅਸੀਂ ਉੱਥੇ 3 ਦਿਨ ਰਹੇ ਤਾਂ ਸੈਨ ਫਰਾਂਸਿਸਕੋ ਦੇ ਵਿੱਚ ਤਾਂ ਇੱਕ ਫਿਰ ਜਿਸ ਵੇਲੇ ਫਿਰ ਅਸੀਂ ਤੁਰਨ ਲੱਗੇ ਤਾਂ ਇੱਕ ਉੱਥੇ ਮੈਂ ਬਾਬਾ ਜੀ ਦਾ ਮਿੱਤਰ ਆ ਗਿਆ ਜੇ ਬਾਬਾ ਜੀ ਨੂੰ ਚੰਗੀ ਤਰ੍ਹਾਂ ਜਾਣ ਦੱਸਗਾ ਉਹ ਕਹਿੰਦੇ ਕਿ ਤੁਸੀਂ ਕੌਣ ਆ ਅਸੀਂ ਕਹਿੰਦੇ ਡੈਡੀ ਹੋਣੀ ਕਹਿੰਦੇ ਮੈਂ ਗੁਰਦੇਵ ਸਿੰਘ ਆ ਤਾਂ ਮੇਰਾ ਲੜਦਾ ਅਤੇ ਅਸੀਂ ਕਹਿੰਦਾ ਕਿ ਉਹ ਕਹਿੰਦੇ ਕਿ ਮੈਂ ਤੁਹਾਨੂੰ ਛੱਡ ਕੇ ਆਉਣਾ ਯੂਨੀਵਰਸਿਟੀ ਦੇਖੋ ਉਸ ਵੇਲੇ ਯੂਨੀਵਰਸਿਟੀ ਨੂੰ ਆਉਣ ਨੂੰ ਸਿੰਗਲ ਰੋਡ ਹੁੰਦਾ ਸੀਗਾ ਉਹਨੂੰ ਹੁਣ ਤਾਂ 2 ਘੰਟੇ ਲੱਗਦੇ ਹੈਗੇ ਯੂਨੀਵਰਸਿਟੀ ਨੂੰ ਆਉਣ ਨੂੰ ਉਦੋਂ ਉਹਨੂੰ 4 ਘੰਟੇ ਲੱਗੇ 4 ਘੰਟੇ ਸਾਨੂੰ ਆਪਣੀ ਕਾਰ ਸਾਨੂੰ ਯੂਨੀਵਰਸਿਟੀ ਛੱਡ ਕੇ ਆਇਆ ਉਹ ਕਹਿੰਦਾ ਕਿ ਬਈ ਸੈਨ ਫਰਾਂਸਿਸਕੋ ਯੂਨੀਵਰਸਿਟੀ 4 ਘੰਟੇ ਲੱਗੇ ਉਹ ਕਿ ਸਿੰਗਲ ਰੋਡ ਹੁੰਦੇ ਸੀਗੇ ਤਾਂ ਉਹ ਕਹਿੰਦੇ ਉਹ ਕਹਿੰਦੇ ਉਹ ਮੈਨੂੰ ਯਾਦ ਹੈ ਉਹਦੇ ਕਹਿਣਾ ਕਹਿੰਦਾ ਕਿ ਨਵੀਂ ਜਸਨ ਨੇ ਬਹੁਤ ਕੰਮ ਕੀਤਾ ਗਦਰ ਪਾਰਟੀ ਦਾ ਸੋ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਕਿਸੇ ਹੋਰ ਤਰ੍ਹਾਂ ਜਾਵੋ ਉਹ ਸਾਨੂੰ ਯੂਨੀਵਰਸਿਟੀ ਆਪ ਸਾਨੂੰ ਛੱਡ ਕੇ ਗਿਆ ਹਾਂਜੀ ਅਸੀਂ ਫਿਰ ਯੂਨੀਵਰਸਿਟੀ ਰਹੇ ਇੱਕ ਹਫ਼ਤਾ ਉੱਥੇ ਉਹਨੂੰ ਕਹਿੰਦੇ ਸੀਗੇ ਉਹ ਬਾਬਾ ਜੀ ਦੇ ਫਰੈਂਡ ਸੀਗੇ ਬਾਬਾ ਫਾਲਾ ਕਰਕੇ ਸਾਦੇ ਸੀਗੇ ਬਾਬੇ ਫਾਲੇ ਹੋਣਾ ਜਿਹੜਾ ਬਾਕੀ ਦਾ ਪਰਿਵਾਰ ਸੀਗਾ ਉਹਨਾਂ ਨਾਂ ਅਸੀਂ ਨਾਂ ਸੀਗਾ ਦਲੀਪ ਸਿੰਘ ਫਾਲਾ ਤਾਂ ਉਹ ਫਿਰ ਅਸੀਂ ਉਹਨਾਂ ਦੇ ਜਿਹੜੇ ਘਰ ਅਸੀਂ ਇੱਕ ਹਫ਼ਤਾ ਰਹੇ ਤਾਂ ਅਸੀਂ ਫਿਰ 3 ਜੁਲਾਈ 1948 ਨੂੰ ਉੱਥੋਂ ਟ੍ਰੇਨ ਫੜੀ ਯੂਨੀਵਰਸਿਟੀ ਤੋਂ ਅਸੀਂ ਫਿਰ ਆ ਗਏ ਵਾਈਟ ਰੌਕ ਨੂੰ ਡੈਡੀ ਹੁਣੀ ਉਹ ਟੈਲਾਗ੍ਰਾਮ ਉਹ ਜਿਹੜਾ ਗੁਰਦਿਆਲ ਸਿੰਘ ਤੇਜੀ ਉਹਨਾਂ ਨੂੰ ਕਰਤੀ ਵੀ ਅਸੀਂ ਵਾਈਟ ਰੌਕ ਉਤਰਨਾ ਹੈਗਾ ਸੋ ਸਾਡੀ ਜਿਹੜੀ ਲੈਂਡਿੰਗ ਹੋਈ ਸੀਗੀ ਉਹ ਵਾਈਟ ਰੌਕ ਹੋਈ ਸੀਗੀ ਵਾਈਟ ਰੌਕ ਕਿਉਂਕਿ ਟ੍ਰੇਨ ਦੇ ਵਿੱਚ ਵੀ ਅਸੀਂ ਟ੍ਰੇਨ ਵਿੱਚ ਵੀ ਆਏ ਸੀਗੇ ਸੋ ਸਾਡਾ ਜਿਹੜਾ ਉਹ ਡੈਸਟੀਨੇਸ਼ਨ ਇਹ ਸੀਗਾ ਤਾਂ ਉਹ ਫਿਰ ਗੁਰਦਿਆਲ ਸਿੰਘ ਤੇਜੀ ਹੁਣੀ ਸਾਨੂੰ 3 ਵਜੇ ਸਵੇਰ ਨੂੰ 2 ਵਜੇ ਸਵੇਰ ਨੂੰ ਸਾਨੂੰ ਚੱਕਣ ਤੋਂ ਆਏ ਤਾਂ ਅਸੀਂ 4 ਵਜੇ ਅਸੀਂ ਉਹਨਾਂ ਦੇ ਘਰ ਗਏ ਉਹ ਰਹਿੰਦੇ ਸੀ ਨੌਰਥ ਵੈਨਕੂਵਰ ਹਾਂ ਉਹ ਸੈਟਰਡੇ ਵਾਲੇ ਦਿਨ ਤਾਂ ਫਿਰ ਸੈਟਰਡੇ ਆਏ ਤਾਂ ਸੰਡੇ ਸਵੇਰ ਨੂੰ ਡੈਰੀ ਹੁਣੀ ਉਹ ਕਪੂਰ ਲੰਬਰ ਜਿਹੜੀ ਕੰਪਨੀ ਸੀਗੀ ਉੱਥੇ ਬਾਰਨ ਰੋਡ 'ਤੇ ਕਪੂਰ ਲੰਬਰ ਕੰਪਨੀ ਉਹ ਜਿਹੜਾ ਉਹਨਾਂ ਦਾ ਨੈਫਿਊ ਸੀਗਾ ਕਸ਼ਮੀਰ ਸਿੰਘ ਸਿੱਧੂ ਉਹ ਡੈਡੀ ਉਹਨਾਂ ਦਾ ਬਹੁਤ ਦੋਸਤ ਸੀਗੇ ਉਹ ਕਹਿੰਦੇ ਕਿ ਵੀ ਤੇ ਉਹਨੇ ਉਹਨੂੰ ਫੋਨ ਕੀਤਾ ਵੀ ਕਸ਼ਮੀਰ ਸਿੰਘ ਮੈਂ ਆ ਗਿਆ ਹੈਗਾ ਵੀ ਸਾਨੂੰ ਕੰਮ ਹੈਗਾ ਉਹ ਕਹਿੰਦਾ ਤੁਸੀਂ ਆ ਜਾਓ ਕਹਿੰਦਾ ਕੰਮ ਮੈਂ ਤੁਹਾਨੂੰ ਦੇਣਾ ਸੋ ਅਸੀਂ ਫਿਰ ਮੰਡੇ ਵਾਲੇ ਦਿਨ ਅਸੀਂ ਫਿਰ ਸੰਡੇ ਆਏ ਸੀਗੇ ਸੰਡੇ ਹੀ ਚਲ ਗਿਆ ਉੱਥੇ ਬਾਂਡ ਰੋਡ ਨੇ ਕਪੂਰ ਲੰਬਰ ਕੰਪਨੀ ਨੂੰ ਉੱਥੇ ਉਹਨਾਂ ਦਾ ਬੰਕ ਹਾਊਸ ਹੁੰਦਾ ਸੀ ਕੋਕ ਹਾਊਸ ਦਾ ਬੰਕ ਹਾਊਸ ਹੁੰਦੇ ਸੀ ਅਸੀਂ ਉੱਥੇ ਫਿਰ ਉੱਥੇ ਉਹਨੇ ਸਾਨੂੰ ਕੰਮ ਦੇ ਦਿੱਤਾ ਡੈਡ ਦੋ ਜਣੇ ਉੱਥੇ ਕੰਮ ਕਰਨ ਲੱਗ ਪਏ ਉਸ ਵੇਲੇ ਜਿਸ ਵੇਲੇ ਅਸੀਂ ਆਏ ਹੈਗੇ ਹਾਂ ਤਾਂ ਉਸ ਵੇਲੇ
ਗ੍ਰੇਟ ਟੈਂਚੋਂ ਮੈਂ ਆਇਆ ਸੀਗਾ ਗ੍ਰੇਟ ਟੈਂਚੋਂ ਉਹ ਸਮੇਂ ਨਾ ਜਿਹੜੇ ਉੱਥੇ ਦੇ ਇੰਡੀਆ ਦਾ ਜਿਹੜਾ ਸਟੈਂਡਰਡ ਸੀਗਾ ਗ੍ਰੇਟ ਟੈਨ ਨੂੰ ਹਾਈ ਸਕੂਲ ਕਹਿੰਦੇ ਸੀ ਉਹ ਸਮੇਂ ਪਰ ਮੈਂ ਹਾਲੇ ਵਿੱਚੋਂ ਛੱਡ ਕੇ ਆ ਗਿਆ ਸੀ ਕਿਉਂਕਿ ਇੱਥੇ ਨੂੰ ਆਉਣਾ ਸੀਗਾ ਤਾਂ ਉਸ ਵੇਲੇ ਫਿਰ ਡੈਡੀ ਹੁਣੀ ਮੈਨੂੰ ਕਹਿੰਦੇ ਵੀ ਤੂੰ ਇੱਦਾਂ ਕਰ ਵੀ ਤੂੰ ਫਿਰ ਆਪਣੀ ਜਿਹੜੀ ਲੈਂਗੁਏਜ ਇੰਪਰੂਵ ਕਰਨ ਵਾਸਤੇ ਵੀ ਤੂੰ ਨਾਈਟ ਸਕੂਲ ਜਾ ਕੈਨੇਡਾ ਵਿੱਚ ਉੱਥੋਂ ਬਾਰਨਟ ਰੋਡ ਤੋਂ ਅਸੀਂ ਫਿਰ ਇੱਥੇ ਨਾਈਟ ਸਕੂਲ ਹੁੰਦਾ ਸੀਗਾ ਕੋਰਨਰ ਆਫ ਕੋਲੰਬੀਆ ਐਂਡ ਹੇਸਟਿੰਗ ਉਹਨੂੰ ਹਾਲੇ ਵੀ ਕਹਿੰਦੇ ਹੈਗੇ ਪਿਜਨ ਪਾਰਕ ਕਹਿੰਦੇ ਆ ਉਹ ਉਸ ਟਾਈਮ ਪਿਜਨ ਪਾਰਕ ਕਿਉਂਕਿ ਉੱਥੇ ਕਿਉਂਕਿ ਉੱਥੇ ਉੱਥੇ ਕਬੂਤਰ ਬਹੁਤ ਹੁੰਦੇ ਆ ਪਿਜਨ ਪਾਰਕ ਕਹਿੰਦੇ ਆ ਉੱਥੇ ਉੱਥੇ ਨਾਈਟ ਸਕੂਲ ਹੁੰਦਾ ਸੀਗਾ ਅਸੀਂ ਬੀਬੀ ਉੱਥੋਂ 4:30 ਵਜੇ ਮੈਂ ਕੰਮ ਤੋਂ ਖੜਾ ਤਾਂ ਉੱਥੋਂ ਪੋਰਟ ਮੁੱਢੀ ਤੋਂ ਬੱਸ ਆਉਂਦੀ ਹੁੰਦੀ ਸੀਗੀ 4:45 ਵਜੇ ਪੋਰਟ ਮੁੱਢੀ ਤੋਂ ਬੱਸ ਤੁਰਦੀ ਸੀਗੀ ਤਾਂ ਇੱਥੇ ਆਉਂਦੀ 5:15 ਵਜੇ ਅਸੀਂ ਦੇਖੋ ਵੀ ਅੱਧੇ ਘੰਟੇ ਦੇ ਵਿੱਚ ਮੈਂ ਕੰਮ ਦੌੜ ਕੇ ਜਾ ਕੇ ਹੱਥ ਮੂੰਹ ਧੋ ਕੇ ਕੱਪੜੇ ਚੇਂਜ ਕਰਕੇ ਤਾਂ ਉੱਥੋਂ ਬੰਕ ਹਾਊਸ ਤੋਂ ਜਿਹੜਾ ਸੀਗਾ ਬੱਸ ਸਟੋਪ ਸੀਗਾ ਅਬਾਊਟ 3 ਬਲੋਕ ਅਸੀਂ 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 ਦੌੜ ਕੇ ਜਾ ਕੇ ਬੱਸ ਫੜਨੀ ਉੱਥੋਂ ਆ ਕੇ ਫਿਰ ਆਉਣਾ ਨਾਈਟ ਸਕੂਲ ਆਉਣਾ ਸਾਢੇ ਛੇ ਵਜੇ ਸਕੂਲ ਲੱਗਦਾ ਸੀਗਾ ਤਾਂ 2 ਘੰਟੇ ਦਾ ਹੁੰਦਾ ਸੀਗਾ 8:30 ਵਜੇ ਤਾਈ ਇੰਗਲਿਸ਼ ਟੂ ਇੰਪਰੂਵ ਮਾਈ ਇੰਗਲਿਸ਼ ਲੈਂਗੁਏਜ ਹਾਂਜੀ ਉਹਦੇ ਨਾਲ ਫਿਰ ਅਸੀਂ ਫਿਰ 9 ਵਜੇ ਬੱਸ ਫੜ ਕੇ ਅਤੇ 11 ਵਜੇ ਆਉਣਾ ਘਰ ਨੂੰ ਆਉਣਾ ਮੁੜ ਕੇ ਦੂਏ ਸਵੇਰ ਨੂੰ ਫਿਰ ਕੰਮ ਨੂੰ ਜਾਣਾ 8:00 AM ਜਿਹੜੇ ਦੇਖਣ ਵਾਲੀ ਇਹ ਗੱਲ ਹੈਗੀ ਆ ਜਿਹੜੀ ਉਸ ਸਮੇਂ ਦੇ ਵਿੱਚ ਜਿਹੜੀਆਂ ਮਿੱਲਾਂ ਵਾਲੇ ਕੋਈ ਵੀ ਸਾਨੂੰ ਸਹੂਲਤ ਨਹੀਂ ਦਿੰਦੇ ਗਲਵਸ ਏਪਰਨ ਹੈਟਸ ਸ਼ੂਜ਼ ਐਵਰੀਥਿੰਗ ਅਸੀਂ ਆਪਣੇ ਆਪ ਖਰੀਦਦੇ ਹੁੰਦੇ ਸੀ ਜਦ ਮੈਂ ਆਇਆ ਤਾਂ ਉਹ ਸਾਡੀ ਜਿਹੜੀ ਲੰਬਰ ਮਿਲ ਦੀ ਵੇਜਿਸ ਸੀਗੀ ਉਹ ਸੀ 94 ਸੈਂਟਸ ਐਨ ਆਵਰ ਓਨਲੀ 94 ਸੈਂਟਸ ਐਨ ਆਵਰ ਉਹਦੇ ਵਿੱਚੋਂ ਅਸੀਂ ਏਪਰਨ ਲੈਣੇ ਸ਼ੂਜ਼ ਲੈਣੇ ਗਲਵ ਲੈਣੇ ਤਾਂ ਵਿੱਚੋਂ ਥੋੜ੍ਹਾ ਬਹੁਤ ਯੂਨੀਅਨ ਡਿਊਜ਼ ਵੀ ਦੇਣੇ ਉਹਦੇ ਨਾਲ ਫਿਰ ਜਿਹੜੇ ਸੀਗੇ ਪੈਸੇ ਜੇ 94 ਸੈਂਟ ਦੇ ਨਾਲ ਤਾਂ ਡਾਲੇ ਵੀ ਨਹੀਂ ਬਣਦੇ ਰੋਜ਼ ਦੇ ਤਾਂ ਵਿੱਚੋਂ 2 ਡਾਲੇ ਨਿਕਲ ਜਾਂਦੇ ਸੀਗੇ ਤਾਂ 6 ਡਾਲੇ ਸਾਰੇ 6.5 ਡਾਲੇ ਸਾਨੂੰ ਰੋਜ਼ ਦੇ ਬਣਦੇ ਸੀਗੇ ਹੈਂਜੀ ਤਾਂ ਉਹ ਜਿਹੜੀਆਂ ਯੂਨੀਅਨਾਂ ਨਾ ਹੈਗੀਆਂ ਯੂਨੀਅਨ ਇੱਥੇ ਸਾਡੇ ਹੋਏ ਹੈਗੇ ਆ ਦਰਸ਼ਨ ਸਿੰਘ ਕੈਨੇਡੀਅਨ ਦਰਸ਼ਨ ਸਿੰਘ ਕੈਨੇਡੀਅਨ ਉਹਨੂੰ ਕੈਨੇਡੀਅਨ ਇਸ ਕਰਕੇ ਸਾਦੇ ਸੀਗੇ ਉਹ ਕਿਉਂਕਿ ਜ਼ਿਆਦਾ ਨਾ ਇੰਡੀਆ ਚੱਲ ਗਿਆ 1948 ਦੇ ਵਿੱਚ ਉਹਨਾਂ ਦਾ ਨਾਂ ਕੈਨੇਡੀਅਨ ਪੈ ਗਿਆ ਦਰਸ਼ਨ ਸਿੰਘ ਗਏ ਸੀਗੇ ਲਗੇਰੀ ਤੋਂ ਪਿੰਡ ਲਗੇਰੀ ਇੰਡੀਆ ਤੋਂ ਤਾਂ ਉਹ ਉਹਨੇ ਜਿਹੜੀ ਯੂਨੀਅਨ ਔਰਗਨਾਈਜ਼ ਕੀਤੀਆਂ ਦਰਸ਼ਨ ਸਿੰਘ ਕੈਨੇਡੀਅਨ ਨੇ ਯੂਨੀਅਨ ਔਰਗਨਾਈਜ਼ ਕੀਤੀਆਂ ਤਾਂ 1943 ਤੋਂ ਪਹਿਲਾਂ ਜਿਹੜੇ ਲੋਕਾਂ ਦੇ ਬਗੈਰ ਯੂਨੀਅਨ ਤੋਂ ਕੰਮ ਕਰਦੇ ਸੀਗੇ ਹਾਂਜੀ ਉਹਨੇ ਆਪਣਾ ਬਹੁਤ ਯੋਗਦਾਨ ਪਾਇਆ ਦਰਸ਼ਨ ਸਿੰਘ ਕੈਨੇਡੀਅਨ ਨੇ ਹਾਂਜੀ ਤਾਂ ਫਿਰ ਬਾਕੀ ਜੋ ਹੈਗੇ ਆ ਜਿਹੜੇ ਇੱਥੇ ਦੀ ਹੋਰ ਕਈ ਸਾਰੀਆਂ ਸਹੂਲਤਾਂ ਦਿੱਤੀਆਂ ਉਹ ਡਾਕਟਰ ਪਾਂਡੀਆ ਨੇ ਡਾਕਟਰ ਡੀ ਪੀ ਪਾਂਡੀਆ ਸੀਗਾ ਉਹ 1939 ਜਿੱਥੇ ਆਏ ਸੀਗੇ ਉਹਨੇ ਜਿਹੜੇ ਲੋਕ ਸੀ ਨਾ ਆਏ ਉਹ ਅੰਡਰਗਰਾਊਂਡ ਆਏ ਸੀਗੇ ਬਗੈਰ ਇਲੀਗਲ ਅੰਡਰਗਰਾਊਂਡ ਇਲੀਗਲ ਲੋਕ ਆਏ ਸੀਗੇ ਉਹਨਾਂ ਨੂੰ ਫਰੀ ਕਰਨ ਵਾਸਤੇ ਉਹਨੇ ਬਹੁਤ ਹੈਲਪ ਕੀਤੀ ਡਾਕਟਰ ਡੀ ਪੀ ਪਾਂਡੀਆ ਨੇ ਫਿਰ ਨਾ ਮੈਂ ਇੱਥੇ ਨਾ ਲੋਗਾਂ ਦੀ ਸ਼ੋਰਟੇਜ ਹੋ ਗਈ
ਤਾਂ ਮੈਂ ਫਿਰ ਡੈਡੀ ਉਹਨਾਂ ਦਾ ਦੋਸਤ ਸੀਗਾ ਵਿਕਟੋਰੀਏ, ਉਹਨੇ ਉਹਨਾਂ ਨੂੰ ਟੈਲੀਫੋਨ ਕੀਤਾ ਤੇ ਉਹ ਕਹਿੰਦੇ ਕਿ ਬੇ ਮਨਜੀਤ ਲਈ ਕੰਮ ਹੈਗਾ, ਉਹ ਕਹਿੰਦੇ ਹੈਗਾ ਕੰਮ. ਹਾਂ ਉਹ ਸੀਗਾ ਜੀ, ਉਹਨਾਂ ਦਾ ਨਾਂ ਸੀਗਾ ਆਤਮਾ ਸਿੰਘ ਡੌੜ, ਆਤਮਾ ਸਿੰਘ ਡੌੜ, ਆਤਮਾ ਸਿੰਘ ਡੌੜ ਸਾਹਿਬ ਦਾ ਨਾਂ. ਤਾਂ ਉਹਨੇ ਫਿਰ ਆਤਮਾ ਸਿੰਘ ਡੌੜ, ਉਹਨੇ ਉਹਨਾਂ ਦੀ ਲੰਬਰ ਮਿਲ ਸੀ, ਲੰਬਰ ਮਿਲ ਸੀ. ਹਾਂਜੀ, ਲੰਬਰ ਮਿਲ ਦਾ ਯਾਦ ਭੁੱਲ ਗਿਆ. ਉੱਥੇ ਮੈਂ ਫਿਰ ਥੋੜ੍ਹਾ ਚਿਰ ਕੰਮ ਕੀਤਾ, ਕਿਉਂਕਿ ਉਹ ਮਿਲ ਸੀ ਬਹੁਤ ਛੋਟੀ ਹੈ ਜੀ. ਉਹਦੇ ਨਾਲ ਫਿਰ ਵਿਕਟੋਰੀਆ ਨੂੰ ਜਾਣ ਨੂੰ ਆਉਣ ਨੂੰ ਘੰਟਾ ਲੱਗਦਾ ਸੀ ਉਹਦੇ ਘਰ ਜਾਣ ਨੂੰ. ਤਾਂ ਫਿਰ ਮੈਂ ਉੱਥੇ ਨਹੀਂ ਵਿਕਟੋਰੀਆ ਤੋਂ ਉਹ ਸੀ, ਉਹਦਾ ਨਾਂ ਸੀ ਜੀ ਲੈਂਗਫੋਰਡ ਲੰਬਰ ਕੰਪਨੀ, ਲੈਂਗਫੋਰਡ ਲੰਬਰ ਕੰਪਨੀ. ਕਿਉਂਕਿ ਉਹ ਮਿਲ ਸੀ ਲੈਂਗਫੋਰਡ ਸੀਗੀ, ਤਾਂ ਉਹ ਵਿਕਟੋਰੀਆ ਜਾਣ ਨੂੰ ਲੱਗਦਾ ਸੀ ਘੰਟਾ ਸ਼ਹਿਰ ਤੋਂ. ਨਹੀਂ ਨਹੀਂ ਆਊਟਸਕਰਟ ਸੀ ਨਾ ਵਿਕਟੋਰੀਆ ਤੋਂ, ਮਿਲ ਸੀ ਆਊਟਸਕਰਟ, ਮਿਲ ਆਊਟਸਕਰਟ ਸੀ ਨਾ. ਨਹੀਂ ਨਹੀਂ ਬੰਕ ਹਾਊਸ, ਬੰਕ ਹਾਊਸ ਜਿਹੜਾ ਇੱਥੇ ਹੀ ਬੰਕ ਹਾਊਸ ਸੀਗਾ ਕਪੂਰ ਲੰਬਰ ਕੰਪਨੀ ਚ ਵੀ, ਉੱਥੇ ਹੀ ਬੰਕ ਹਾਊਸ ਸੀਗਾ. ਪਰ ਉਹ ਫਿਰ ਉੱਥੇ ਉਹਦੇ ਨਾਲ ਟਾਈਮ ਬਹੁਤ ਲੱਗਦਾ ਸੀਗਾ. ਉਹ ਜਿਹੜੀ ਮਿਲ ਨੇੜੇ ਸੀ ਮੈਂ ਉੱਥੇ ਉਹਨਾਂ ਨੂੰ ਕੰਮ ਪੁੱਛ ਲਿਆ. ਹਾਂਜੀ, ਉਹ ਮੈਂ ਉਹ ਉੱਥੇ ਕੰਮ ਕੀਤਾ. ਉਹਦਾ ਨਾਂ ਸੀਗਾ ਸੈਲਕ੍ਰਿਕ ਲੰਬਰ ਕੰਪਨੀ, ਸੈਲਕ੍ਰਿਕ, ਸੈਲਕ੍ਰਿਕ ਲੰਬਰ ਕੰਪਨੀ. ਉੱਥੇ ਹੁੰਦੀ ਸੀ ਉਹ, ਉੱਥੇ ਕੰਮ ਕੀਤਾ. ਤਾਂ ਫਿਰ ਉੱਥੇ ਮੈਂ ਇੱਕ ਸਾਲ ਕੰਮ ਕੀਤਾ. ਉਹ ਕਿਹੜੇ ਸੀਰੀ ਦੇ ਵਿੱਚ ਸੀ? ਅਸੀਂ 49 ਦੇ ਛੇ ਕੁ ਮਹੀਨੇ ਕੰਮ ਕੀਤਾ. 49 ਦੇ ਜੂਨ ਟੂ ਜਨਵਰੀ 49 50 ਵਿਕਟੋਰੀਆ ਜਿਹੜੀ ਸੀਗੀ ਸਰਕਲ ਲੰਬਰ ਕੰਪਨੀ ਦੇ ਵਿੱਚ. ਫਿਰ ਉੱਥੇ ਫਿਰ ਮੈਂ ਚਲ ਗਿਆ ਉੱਥੇ ਵਿਸਾਚੀ ਲੇਕ. ਉਹਦਾ ਨਾਂ ਸੀਗਾ ਹਿਲ ਕ੍ਰਿਸਟ ਲੰਬਰ ਕੰਪਨੀ. ਦੂਜੀ ਹੈਗੀ ਸੈਲਕ੍ਰਿਕ, ਇਹ ਹੈਗੀ ਹਿਲ ਕ੍ਰਿਸਟ, ਇਹ ਹੈਗੀ ਹਿਲ ਕ੍ਰਿਸਟ. ਉੱਥੇ ਉੱਥੇ ਬੈਟਰ ਜੋਬ ਸੀ. ਹਾਂਜੀ, ਉੱਥੇ ਬੈਟਰ ਜੋਬ. ਉੱਥੇ ਬੈਟਰ ਜੋਬ ਸੀ, ਉੱਥੇ ਚਲ ਗਿਆ. ਫਿਰ ਉੱਥੇ ਕੀਤਾ ਦੋ ਸਾਲ, 1952. ਫਿਰ ਸਾਡੀ ਉੱਥੇ ਹੋ ਗਈ ਲੰਬਰ ਸਟ੍ਰਾਈਕ ਹੋ ਗਈ. ਲੰਬਰ ਸਟ੍ਰਾਈਕ ਹੋਣ ਦੇ ਨਾਲ ਸਾਡਾ ਇੱਕ ਦੋਸਤ ਸੀਗਾ ਨਰਿੰਦਰ ਸਿੰਘ ਸੰਘਾ, ਉਹ ਕਹਿੰਦਾ ਕਿ ਭਈ ਇੱਦਾਂ ਕਰੋ ਵੀ ਮੈਂ ਤੁਹਾਨੂੰ ਕੰਮ ਦੇਣਾ ਕੈਮਲੂਪ. ਅਤੇ ਉਹ ਕੈਮਲੂਪ ਚਲ ਗਿਆ ਸੀ. ਉੱਥੇ ਫਿਰ 6 ਹਫ਼ਤੇ ਕੰਮ ਕੀਤਾ, ਜਿਹੜੇ ਯੂਨੀਅਨ ਰਿਜ਼ੋਲਵ ਹੋ ਗਈ, ਜਿਹੜੇ ਕੰਮ ਕੰਟਰੈਕਟ ਬਣ ਗਿਆ. ਮੁੜ ਕੇ ਮੈਂ ਫਿਰ ਇੱਥੇ ਆ ਗਿਆ ਬੈਨਕੋਰ ਨੂੰ. ਹਾਂਜੀ, ਇੱਥੇ ਬੈਨਕੋਰ ਆ ਕੇ ਇੱਥੇ ਸੀਗੀ ਫਰੇਜ਼ਰ ਵਿਊ ਲੰਬਰ ਕੰਪਨੀ, ਇਹੋ ਇੱਥੇ ਆ ਕੇ ਫਿਰ ਮੈਂ ਉਹਦੇ 'ਚ ਉਹਨਾਂ ਦਾ ਜਿਹੜਾ ਸੀਗਾ ਮਾਲਕ ਸੀਗਾ ਗਿਆਨੀ ਨਰਿੰਦਰ ਸਿੰਘ ਜੋਤ, ਜਿਹੜਾ ਗਿਆਨੀ ਨਰਿੰਦਰ ਸਿੰਘ ਜੋਤ ਬੀਬੀ, ਹੀ ਵਾਜ਼ ਦਾ ਫਸਟ ਇਲੈਕਟਡ ਆਫਿਸਰ ਇਨ ਮਿਸ਼ਨ. ਉਹਨਾਂ ਦਾ ਪਹਿਲਾ ਜਿਹੜਾ ਮੇਅਰ ਬਣਿਆ ਹੈਗਾ ਉਹ ਬਣਿਆ, ਪਹਿਲਾ ਮੇਅਰ ਸਾਡਾ ਜਿਹੜਾ ਇਲੈਕਟਡ ਬੰਦਾ ਬਣਿਆ ਹੈਗਾ ਉਹ ਨਰਿੰਦਰ ਸਿੰਘ ਜੋਤ ਬਣਿਆ. ਹਾਂਜੀ, ਇੱਥੇ ਫਿਰ ਥੋੜਾ ਚਿਰ ਕੀਤਾ. ਫਿਰ ਉੱਥੇ ਉਹ ਮਿਲ ਨੂੰ ਅੱਗ ਲੱਗ ਗਈ, ਮਿਲ ਸਾਰੀ ਜਲ ਗਈ.
ਫਿਰ ਮੈਨੂੰ ਫੋਨ ਆਇਆ ਸਾਡਾ ਦੋਸਤ ਗਮੀ ਹੈ ਸਭੂਤ, ਉਹ ਕਹਿੰਦਾ ਕਿ ਅਖੇ ਅੱਜ ਜਾਈ ਨਾ ਕੰਮ ਨੂੰ। ਮੈਂ ਕੀ ਗੱਲ ਹੋਈ? ਉਹ ਤਾਂ ਕਹਿੰਦਾ ਮੈਨੂੰ ਨਹੀਂ ਜਾਲ ਦਿੱਤੀ ਅਖੇ। ਮੈਂ ਕਿਹਾ ਚੰਗਾ ਆਪਣੇ ਜਿਹੜੇ ਏਪਰਨ ਚੱਕ ਕੇ ਲੈ ਲਿਆਉਣਾ ਹੈਗਾ। ਉਹ ਏਪਰਨ ਤੋਂ ਕੀ ਲਿਆਉਣੇ ਸੀਗੇ, ਉਹ ਤਾਂ ਸਾਰੀ ਸੁਆਹ ਸੁਆਹ ਹੋ ਗਈ ਸਾਰੀ ਮਿਲਦੀ। ਤਾਂ ਉੱਥੇ ਫਿਰ ਨਾ ਰਣਜੀਤ ਸਿੰਘ ਮੱਟੂ ਸੀਗਾ, ਉਹਦੀ ਉਹਦੀ ਮਿਲ ਹੁੰਦੀ ਸੀ ਨੇੜੇ ਹੁੰਦੀ ਸੀ, ਹੈਮਫਰ ਲੰਬਰ ਕੰਪਨੀ, ਹੈਮਫਰ HAMFIR, ਹੈਮਫਰ ਲੰਬਰ ਕੰਪਨੀ। ਉਹ ਫਿਰ ਮੈਨੂੰ ਉਹ ਕਹਿੰਦਾ ਕਿ ਤੇਲੇ ਕੰਮ ਹੈਗਾ ਵੀ ਤੂੰ ਕੰਮ ਬਹੁਤ ਚੰਗਾ ਕੰਮ ਕਰਦਾ ਹੈਗਾ। ਅਤੇ ਤਾਂ ਜਿਸ ਵੇਲੇ ਫਿਰ ਉਹ ਨਾ ਜੇ ਉੱਥੇ ਹੁੰਦਾ ਸੀਗਾ ਸਾਡਾ ਜਿਹੜਾ ਫੋਰਮੈਨ ਹੁੰਦਾ ਸੀਗਾ, ਉਹ ਕਈ ਵਾਰੀ ਉਹਨੇ ਜਿਸਲੇ ਮਾਰਜੇ ਵੀ ਕੋਈ ਮਿਲ ਵਿਗੜਨੀ ਤਾਂ ਜਿਹੜੇ ਉਹਨਾਂ ਦੇ ਦੋਸਤ ਹੁੰਦੇ ਸੀਗੇ ਉਹਨਾਂ ਨੂੰ ਕਹਿਣਾ ਤੁਸੀਂ ਕਲੀਨ ਅਪ ਕਰ ਲਓ, ਸਾਨੂੰ ਕਹਿਣਾ ਤੁਸੀਂ ਵੀ ਤੁਸੀਂ ਰੈਸਟ ਕਰ ਲਓ। ਉਹ ਜੇ ਉਹ ਰੈਸਟ ਦਾ ਮਤਲਬ ਇਹ ਸੀਗਾ ਕਿ ਉਹਨਾਂ ਸਾਡਾ ਉਹ ਟਾਈਮ ਵਿੱਚੋਂ ਕੱਟ ਲੈਂਦਾ ਸੀਗਾ ਉਹ ਅੱਠਾਂ ਘੰਟੇ ਚੋਂ। ਕਈ ਵਾਰੀ ਰੋਜ਼ ਸਾਨੂੰ ਕਦੇ ਵੀ 8 ਘੰਟੇ ਟਾਈਮ ਨਹੀਂ ਸੀ ਮਿਲਦੇ, ਠੀਕ ਹੈ, ਕਈ ਵਾਰੀ ਅੱਧਾ ਘੰਟਾ ਕੱਟ ਲੈਣਾ, ਕਈ ਵਾਰੀ 1.25 ਘੰਟਾ ਕੱਟ ਲੈਣਾ, ਕਈ ਵਾਰੀ ਈਵਨ ਘੰਟਾ ਕੱਟ ਲੈਣਾ। ਫਿਰ ਮੈਂ ਉੱਥੋਂ ਮੈਂ ਫੀਲ ਸੋ ਸੋਰੀ, ਫਿਰ ਮੈਂ ਇੱਥੇ ਕੰਮ ਨਾ ਸ਼ੁਰੂ ਕਰਤਾ ਵਰਕ ਲੰਬਰ ਕੰਪਨੀ। ਵਰਕ ਲੰਬਰ ਕੰਪਨੀ ਉਹੀ ਜਿਹੜਾ ਮੀਆਂ ਉੱਥੇ ਭੂਤ ਸੀਗਾ, ਉਹਨੇ ਮੈਨੂੰ ਦੱਸਿਆ ਵੀ ਆਹ ਜਿਹੜਾ ਆਸਾ ਜੋਹਲ ਆ ਨਾ ਵੀ ਇਹਨੇ ਹਟ ਜਾਣਾ ਵੀ ਤੂੰ ਉੱਥੇ ਤੈਨੂੰ ਨਹੀਂ ਕੰਮ ਦੇ ਦੇਣਾ। ਮੈਂ ਆਸੇ ਜੋਹਲ ਨੂੰ ਫੋਨ ਕੀਤਾ ਕਿਉਂਕਿ ਅਸੀਂ ਸਾਰੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਸੀ। ਮੈਂ ਕਿਹਾ ਮੈਨੂੰ ਆਪਣੇ ਫੋਰਮੈਨ ਦਾ ਫੋਨ ਦੇ, ਉਹਨੇ ਮੈਨੂੰ ਫੋਨ ਦਿੱਤਾ ਇਹੋ ਉਹਦਾ ਨਾਂ ਸੀ ਜੋਜ ਥੋਰਨ ਗੋਰੇ ਦਾ ਨਾਂ। ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਵੀ ਮੈਂ ਸਾਰੇ ਕੰਮ ਜਾਣਨਾ ਅਤੇ ਮੈਂ ਹੈਗਾ ਲੰਬਰ ਲੰਬਰ ਗ੍ਰੇਡਰ ਵੀ ਹਾਂ, ਤਾਂ ਮੈਂ ਬਗੈਰ ਹੈਡਸਾ ਤੋਂ ਤਾਂ ਏਜਰ ਤੋਂ ਮੈਂ ਸਾਰੇ ਕੰਮ ਮਿਲਦੇ ਜਾਣਨਾ। ਉਹ ਕਹਿੰਦਾ ਕਿ ਬਈ ਤੂੰ ਮੈਨੂੰ ਕੁਆਲੀਫਾਈ ਬੰਦਾ ਲੱਗਦਾ ਵੀ ਮੈਨੂੰ ਆਪਣਾ ਫੋਨ ਦੇ ਦੇ, ਪਰ ਮੈਂ ਹਾਲੇ ਆਪਣੇ ਬੰਦਿਆਂ ਦੀ ਹੋਰ ਟਰਾਈ ਕਰਨੀ ਆ। ਉਹਦਾ ਮੈਨੂੰ ਤੀਜੇ ਦਿਨ ਫੋਨ ਆ ਗਿਆ, ਕਹਿੰਦਾ ਫਿਰ ਕੱਲ੍ਹ ਨੂੰ ਕੰਮ ਨੂੰ ਆਈ। ਮੈਂ ਕਿਹਾ ਮੈਂ ਕੱਲ੍ਹ ਨੂੰ ਕੰਮ ਨਹੀਂ ਆ ਸਕਦਾ। ਕਹਿੰਦਾ ਕਾਹਤੇ? ਮੈਂ ਕਿਹਾ ਭਈ ਜਿੱਥੇ ਮੈਨੂੰ ਜਿੱਥੋਂ ਮੈਂ ਕੰਮ ਹੁਣ ਕਰਦਾ ਹਾਂ ਉਹ ਰਣਜੀ ਮੱਟੂ ਮੈਨੂੰ ਬਾਹੋਂ ਫੜ ਕੇ ਲੈ ਕੇ ਗਿਆ ਸੀਗਾ ਭਈ ਮੈਂ ਉਹਨੂੰ ਦੱਸਣਾ ਮੰਗਣਾ ਭਈ ਮੈਂ ਕੱਲ੍ਹ ਨੂੰ ਅੱਜ ਮੇਰਾ ਲਾਸਟ ਦਿਨ ਹੈ, ਮੈਂ ਕੱਲ੍ਹ ਨੂੰ ਨਹੀਂ ਆਉਣਾ। ਹੈਂਜੀ, ਉਹ ਜਿੱਦਣ ਮੈਂ ਉਹ ਗਿਆ ਨਾ ਤੀਜੇ ਦਿਨ, ਉਹ ਮੈਨੂੰ ਕਹਿੰਦਾ ਕਿ ਜੋਰ ਤੋਰਨ ਭਈ ਤੂੰ ਇਹ ਕੰਮ ਹੈਂਡਲ ਕਰ ਲਊਗਾ। ਮੈਂ ਇਹਨੂੰ ਆਖਿਆ, ਮੈਂ ਕਿਹਾ ਮਿਸਟਰ ਇਫ ਆਈ ਕੈਨ ਨਾਟ ਹੈਂਡਲ ਦਿਸ ਜੋਬ ਇਨ 4 ਆਵਰ ਸੈਂਡ ਮੀ ਹੋਮ ਵਿਦਆਊਟ ਪੇ, ਮੈਨੂੰ ਮੈਂ ਤੇਰੇ ਪੈਸਿਆਂ ਦੀ ਲੋੜ ਨਹੀਂ। ਉਹ ਮੈਨੂੰ ਆਪਣੇ ਆਪ 'ਤੇ ਬਹੁਤ ਯਕੀਨ ਸੀ ਵੀ ਮੈਂ ਜਿੱਥੇ ਬੀਬੀ ਮੈਂ ਕੰਮ ਕੀਤਾ ਵੀ ਬਹੁਤ ਚੰਗੀ ਤਰ੍ਹਾਂ ਕੰਮ ਕੀਤਾ, ਸਾਰੀਆਂ ਮਿਲਾਂ ਦੇ ਵਿੱਚ ਜਿੱਥੇ ਜਿੱਥੇ ਵੀ ਮੈਨੂੰ ਕਦੇ ਮੈਂ ਗਿਆ ਉਹ ਮੈਨੂੰ ਇੱਦਾਂ ਕਹਿੰਦੇ ਹੁੰਦੇ ਸੀ ਜਦ ਤੈਨੂੰ ਕਿਤੇ ਕੰਮ ਦੀ ਲੋੜ ਪਵੇ ਸਾਡੇ ਕੋਲ ਆਏ, ਸਾਡੇ ਕੋਲ ਆਏ। ਸੋ ਇੱਕ ਮੈਂ ਗੱਲ ਤੁਹਾਨੂੰ ਦੱਸਣਾ ਭੁੱਲ ਗਿਆ, ਜਦ ਮੈਂ ਇੰਡੀਆ ਤੋਂ ਤੁਰਿਆ 1948 ਦੇ ਵਿੱਚ, ਮੈਨੂੰ ਬਾਬਾ ਜੀ ਕਹਿੰਦੇ ਕਾਕਾ ਉੱਥੇ ਆਉਣੀ ਹੈਗੀ ਡਿਸਕ੍ਰਿਮੀਨੇਸ਼ਨ ਕੈਨੇਡਾ ਦੇ ਵਿੱਚ, ਕਿਉਂਕਿ ਇੱਥੋਂ ਗਏ ਹੋ ਸੀਗੇ। ਕਹਿੰਦੇ ਡਿਸਕ੍ਰਿਮੀਨੇਸ਼ਨ ਨੂੰ ਮਾਰਨ ਦਾ ਇੱਕੋ ਤਰੀਕਾ ਕਿ ਨਾਲ ਦੇ ਬੰਦਿਆਂ ਦੇ ਨਾਲੋਂ 10-15% ਵਾਧੂ ਕੰਮ ਕਰੋ, ਤੁਹਾਡੀ ਇਸ ਕਰਕੇ ਡਿਸਕ੍ਰਿਮੀਨੇਸ਼ਨ ਸਾਰੀ ਥੋੜ੍ਹੀ ਚੱਲ ਜਾਣੀ ਆ। ਸੈਕਿੰਡਲੀ ਕਹਿੰਦੇ ਤੂੰ ਯੰਗ ਆ, ਤੇਰੀ ਤੂੰ ਤੇਰੀ ਤੇਰੀ ਸਪੀਡ ਇੰਨੀ ਬਣ ਜਾਣੀ ਆ, ਯੂ ਵਿਲ ਨੈਵਰ ਸਲੋ ਡਾਊਨ। ਸੋ ਹੁਣ ਇਸੇ ਕਰਕੇ ਅਸੀਂ ਹੁਣ ਕੰਮ ਤੋਂ ਹਟਿਆਂ ਨੂੰ 25 ਸਾਲ ਹੋ ਗਏ ਆ ਵੀ ਅਸੀਂ ਹੁਣ ਵਲੰਟੀਅਰ ਤੌਰ 'ਤੇ ਸੰਸਦ ਕਮੇਟੀ ਸੈਂਟ ਦੇ ਵਿੱਚ ਕੰਮ ਕਰਦੇ ਹਾਂ। ਹੈਂਜੀ, ਸੋ ਇਸ ਕਰਕੇ ਉਹੀ ਜਿਹੜੀ ਹੈ ਨਾ ਵੀ ਕੰਮ ਹਾਰਡ ਕਰਨਾ, ਉਹ ਜਿਹੜੀ ਸੀ ਵਰਕ ਲੰਬਰ ਕੰਪਨੀ ਉਹਨੇ ਦੀ ਮੈਨੂੰ ਫਿਰ ਕੰਮ ਉਹਨਾਂ ਦਾ ਮੈਂ ਬਹੁਤ ਕੀਤਾ ਕਰਕੇ ਉਹਨੇ ਮੈਨੂੰ ਇੰਚਾਰਜ ਬਣਾਤਾ ਮਿਲ ਦੇ ਵਿੱਚ, ਉਹਨੇ ਮੈਨੂੰ ਮਿਲ ਦੇ ਵਿੱਚ ਇੰਚਾਰਜ ਬਣਾਤਾ। ਤਾਂ ਉੱਧਰੋਂ ਫਿਰ ਉਹ ਮੈਂ ਬੀਬੀ
200 ਤੇ ਉੱਪਰ ਬੰਦਿਆਂ ਨੂੰ ਕੰਮ ਦਿੱਤਾ ਮੋਰ ਦੈਨ 200 ਪੀਪਲ ਆਈ ਗੇਵ ਮੈ ਜੋਬ ਸੋ ਉਹ ਫਿਰ ਜਿਹੜੀ ਜਿਹਨੂੰ ਮੈਂ ਕੰਮ ਦਿੱਤਾ ਦਿੰਦਾ ਸਾ ਮੈਂ ਉਹਨੂੰ ਕਹਿੰਦਾ ਸਾ ਬਈ ਕੰਮ ਤੁਸੀਂ ਓਨੈਸਟ ਤੌਰ ਤੇ ਕੰਮ ਕਰਨਾ ਕਿਉਂਕਿ ਜਿਹੜਾ ਫੋਰਮੈਨ ਹੁੰਦਾ ਨਾ ਫੋਰਮੈਨ ਇਜ਼ ਵਰਕਿੰਗ ਐਜ਼ ਅ ਸੈਂਡਵਿਚ ਐਜ਼ ਅ ਸੈਂਡਵਿਚ ਬਿਟਵੀਨ ਦਾ ਲੇਬਰ ਐਂਡ ਦ ਮੈਨੇਜਮੈਂਟ ਸੋ ਮੈਨੂੰ ਤਾਂ ਕੰਮ ਦੀ ਲੋੜ ਹੈਗੀ ਜਿਹਨੂੰ ਮੈਂ ਕੰਮ ਦਿੱਤਾ ਉਹਨੂੰ ਆਖਿਆ ਇੱਕ ਤਾਂ ਕਿਸੇ ਨੇ ਤਾਂ ਵੱਡੀ ਨਹੀਂ ਦੇਣੀ ਡੋਂਟ ਗਿਵ ਨੋ ਬੋਡੀ ਬ੍ਰਾਈਬ ਐਂਡ ਸੈਕੰਡਲੀ ਡੋਂਟ ਡਰਿੰਕ ਵੈਨ ਯੂ ਆਰ ਵਰਕਿੰਗ ਨਾ ਤੂੰ ਸ਼ਰਾਬ ਪੀ ਕੇ ਆਈ ਇੱਥੇ ਉਹ ਨਾਲ ਫਿਰ ਉੱਧਰੋਂ ਫਿਰ ਲੋਕ ਫਿਰ ਉਹ ਜਿਹੜੇ ਵਰਕਰ ਨੰਬਰ ਕੰਪਨੀ ਵਾਲੇ ਸੀਗੇ ਉਹ ਫਿਰ ਮੈਨੂੰ ਫਿਰ ਜਿਹਨੂੰ ਵੀ ਮੈਂ ਕਹਿਣਾ ਉਹਨੂੰ ਨਹੀਂ ਕੰਮ ਦੇ ਦੇਣਾ ਉਹਦੇ ਨਾਲ ਫਿਰ ਜਿਸ ਵੇਲੇ ਫਿਰ ਉੱਧਰੋਂ ਆਪਣਾ ਰੋਕ ਸਟਰੀਟ ਗੁਰਦੁਆਰੇ ਦੀ ਜਿਹੜੀ ਸੀਗੀ ਕੰਮ ਸ਼ੁਰੂ ਹੋ ਗਿਆ ਉਹਦੇ ਨਾਲ ਫਿਰ ਜਿਹੜੀ ਮੈਂ ਇਸ ਗੁਰਦੁਆਰੇ ਸਾਹਿਬ ਦੀ ਉਗਰਾਹੀ ਇੱਥੇ ਲੋਰ ਮੇਲ ਲੈਣ 'ਚ ਸਾਰਾ ਮੇਰੀ ਬਹੁਤੀ ਇਕੱਠੀ ਕੀਤੀ ਉਹ ਉਹਦਾ ਕਾਰਨ ਇਹ ਸੀਗਾ ਜਿਹਨੂੰ ਮੈਂ ਕੰਮ ਦਿੱਤਾ ਵਰਕ ਨੰਬਰ ਕੰਪਨੀ ਦੇ ਵਿੱਚ ਉਹਨੂੰ ਇਹੋ ਹੀ ਆਖਿਆ ਵੀ ਜਿੱਦਾਂ ਤੇਰੇ ਹੈ ਨਾ ਪੱਕਾ ਹੋ ਜਾਵੇ ਤੂੰ ਤੇਰੇ 30 ਦਿਨ ਲੱਗ ਜਾਏ ਯੂਨੀਅਨ 'ਚ ਹੋ ਜਾਵੇ ਪਲੀਜ਼ ਸੌਡਰ ਲਾਈ ਕੋਲ ਤੋਰਨ ਦੇ ਦੀ ਉਹਦੇ ਨਾਲ ਫਿਰ ਕਈ ਲੋਕ ਮੈਨੂੰ ਜਾਣਨ ਲੱਗ ਪਿਆ ਫਿਰ ਲੋਕਾਂ ਦੀ ਹੈਲਪ ਕਰਦਾ ਹੈਗਾ ਇਸ ਕਰਕੇ ਮੈਂ ਫਿਰ ਲੋਕ ਮੈਨੂੰ ਫਿਰ ਪੈਸੇ ਦੇਣ ਦੇ ਸਕੇ ਗੁਰਦੁਆਰੇ ਵਾਸਤੇ ਹਾਂਜੀ ਗੁਰਦੁਆਰਾ ਕੰਪਲੀਟ ਹੋਇਆ ਅਸੀਂ ਸ਼ੁਰੂ ਕੀਤਾ ਸੀਗਾ ਜਿਹੜੀ ਤੁਹਾਨੂੰ ਮੈਂ ਲਿਸਟ ਦਿਖਾਲੀ ਆ ਇਹ 1964 ਦੇ ਵਿੱਚ ਅਸੀਂ ਤਿਆਰੀਆਂ ਕੀਤੀਆਂ ਜਿਹੜੀ ਜ਼ਮੀਨ ਸਾਨੂੰ ਦਿੱਤੀ ਸੀਗੀ ਅਕਵਾਇਰ ਕੀਤੀ ਹੈਗੀ ਆ ਸਿਟੀ ਵਾਲਿਆਂ ਤੋਂ ਇਹੋ ਦੇ ਟੂ ਐਂਡ ਥ੍ਰੀ ਕੁਆਟਰ ਏਕੜ ਪੌਣੇ 3 ਏਕੜ ਸੀਗੇ ਪਰ ਫਿਰ ਮਗਰੋਂ ਨਹੀਂ ਨਾ ਅਸੀਂ ਨਾਲ ਦੇ ਜਿਹੜੇ ਘਰ ਸੀਗੇ ਉਹ 5-6 ਘਰ ਹੋਰ ਲੈ ਲਿਆ ਹੁਣ ਤਾਂ ਉਹ ਹੋਣੇ ਹੈਗੇ ਆਲਮੋਸਟ 4 ਏਕੜ ਹੋਣੇ ਹੈਗੇ ਤਾਂ 3.5 ਏਕੜ ਹੋਣੇ ਹੈਗੇ ਉਹਦੇ ਨਾਲ ਫਿਰ ਉਹ ਜਿਹੜੇ ਸੀਗੇ ਆਪਣੇ ਇੱਦਾਂ ਹੋ ਗਏ ਹੈਗੇ ਅਤੇ ਜਦ ਆਪਣੀ ਬਿਲਡਿੰਗ ਕੰਪਲੀਟ ਹੋ ਗਈ ਤਾਂ ਉਹ ਫਿਰ ਉਹਦਾ ਸੀ ਜਿਹੜੇ ਜ਼ਮੀਨ ਸਾਨੂੰ ਦਿੱਤੀ ਨਾ ਸਿਟੀ ਵਾਲਿਆਂ ਨੇ ਉਹ ਸਾਨੂੰ 75,000 ਸਾਨੂੰ ਜ਼ਮੀਨ ਦਿੱਤੀ ਸਾਰੀ 75,000 ਜਿਹੜੇ ਉਹਦੇ 5% ਅਸੀਂ ਉਹਦਾ ਡਾਊਨ ਪੇਮੈਂਟ ਦੇਣਾ ਸੀਗਾ ਅਤੇ ਉਹਦੇ ਵਿੱਚ ਫਿਰ ਉਹ ਜਿਹੜੀ ਪਹਿਲੀ ਚੈੱਕ ਦਿੱਤੀ ਹੈ 3750 ਦੀ $3,750 ਉਹਦੇ ਮੇਰੇ ਤਾਂ ਗੁਰਦਿਆਲ ਸਿੰਘ ਸਾਂਗਰੇ ਦੇ ਅਤੇ ਫੰਗਣ ਸਿੰਘ ਗਿੱਲ ਦੇ ਸਾਡੇ ਤੇਹਾਂ ਦੇ ਸਾਈਨ ਹੋਏ ਉਹ ਹਾਂਜੀ ਉਹ ਜਿਹੜੀ ਪਹਿਲੀ ਚੈੱਕ ਜਿਹੜੀ ਅਸੀਂ ਦਿੱਤੀ ਡਾਊਨ ਪੇਮੈਂਟ ਹਾਂਜੀ ਉਹ ਤੁਸੀਂ ਉਹ ਜਿਹੜੀ ਹੈਗੀ ਆ ਉਹ ਤੁਹਾਡੇ ਕੋਲ ਪੂਰਾ ਰੈਕਰਡ ਹੈਗਾ ਵਿਆਹ ਸਾਡਾ ਇੱਥੇ ਜਿਹੜੀ ਮੈਂ ਤੁਹਾਨੂੰ ਬਾਬਾ ਜੀ ਦੀ ਟੈਲਾਗ੍ਰਾਮ ਦਿਖਾਈ ਹੈਗੀ ਆ ਅਤੇ ਵਿਆਹ ਸਾਡਾ ਹੋਇਆ ਇੱਥੇ 16 July 1955 ਨੂੰ ਅਮਨ ਸੀਤਲ ਐਂਡ ਕਰਨ ਪਰ ਅਮਨ ਸਾਨੂੰ ਸਾਡੇ ਕੋਲ ਹੁਣ ਹੈ ਨੀ ਗੀ ਕਿਉਂਕਿ ਉਹਨੂੰ ਕੈਂਸਰ ਹੋ ਗਈ ਸੀ ਸੋ 5 years ago she left us and we always miss her she was the oldest child and she was so good she understand what the parents need but we are sorry we don't have her anymore
ਨਾ ਕਰਨ ਤਾਂ ਸੀਤਲ ਸਾਡੀ ਕੋਲ ਹੈਗੇ ਸੀਤਲ ਇਜ਼ ਲਿਵਿੰਗ ਸਟੇਇੰਗ ਵਿਦ ਅਸ ਯਾ ਐਂਡ ਕਰਨ ਇਜ਼ ਲਿਵਿੰਗ ਇਨ ਲੈਡਨਰ ਓਕੇ ਓ ਲੈਡਨਰ ਯਾ ਓਕੇ ਐਂਡ ਹੀ ਇਜ਼ ਅ professional basketball referee referee he is doing a high school championship game for last 35 years wow. yeah. So when you first came here or during your time in Canada have you experienced any discrimination ਡਿਸਕ੍ਰਿਮੀਨੇਸ਼ਨ ਜਿੱਦਾਂ ਬਾਬਾ ਜੀ ਨੇ ਦੱਸਿਆ ਸੀਗਾ ਵੀ ਤੂੰ ਕੰਮ ਇੰਨਾ ਹਾਰਡ ਕਰਨਾ ਨਾ ਤੇ ਤੁਹਾਡੀ ਜਿਹੜੀ ਡਿਸਕ੍ਰਿਮੀਨੇਸ਼ਨ ਇਹ ਹੋਣੀ ਹੈਗੀ ਸੋ ਮੇਰੇ ਨਾਲ ਤਾਂ ਬੀਬੀ ਹੋਈ ਨਹੀਂ ਡਿਸਕ੍ਰਿਮੀਨੇਸ਼ਨ ਪਰ ਅਸੀਂ ਲੋਕਾਂ ਨੇ ਸੁਣੀਆਂ ਬਹੁਤ ਗੱਲਾਂ ਹੈਗੀਆਂ ਮੇਰੇ ਨਾਲ ਨਹੀਂ ਹੋਈ ਪਰ ਮੇਰੇ ਨਾਲ ਇੱਦਾਂ ਹੋਈ ਹੈਗੀ ਆ ਜਿਹੜੇ ਸਾਡੇ ਹੈ ਨਾ ਉੱਥੇ ਮਸਾਚੀ ਲੇਕ ਦੇ ਵਿੱਚ ਉਹ ਸਾਨੂੰ ਮਸ਼ੀਨਾਂ ਨਹੀਂ ਚਲਾਉਣ ਦਿੰਦੇ ਕਿਉਂਕਿ ਉਹ ਕਹਿੰਦੇ ਸੀਗੇ ਇਹੋ ਜਿਹੜਾ ਕੰਮ ਹੈਗਾ ਇਹ ਹੈਗਾ ਵਾਈਟ ਪੀਪਲ ਦਾ ਕੰਮ ਆ ਤੁਸੀਂ ਮਸ਼ੀਨ ਤਾਂ ਨਹੀਂ ਮਸ਼ੀਨ ਨਹੀਂ ਚਲਾ ਸਕਦੇ ਤੁਸੀਂ ਜਿਹੜੇ ਹੈਗੇ ਆ ਬਾਕੀ ਕੌਮਨ ਲੇਬਰੇ ਕਰ ਸਕਦੇ ਹੈ ਨਹੀਂ ਡਿਸਕ੍ਰਿਮੀਨੇਸ਼ਨ ਮੈਨੂੰ ਹੋਈ ਉੱਥੇ ਕਿਉਂਕਿ ਮੈਂ ਮਸ਼ੀਨ ਚਲਾ ਸਕਦਾ ਸਰ ਉਹਨੇ ਮੈਨੂੰ ਚਲਾਉਣ ਨਹੀਂ ਦਿੱਤੀ ਹਾਂਜੀ ਰੇਸਿਜ਼ਮ ਕਿਉਂਕਿ ਮੈਨੂੰ ਮੋਤਾ ਹੋਇਆ ਨਹੀਂ ਹੈਗਾ ਕਿਉਂਕਿ ਬਿਕੋਜ਼ ਆਈ ਵਾਜ਼ ਵੈਰੀ ਕੋਆਪਰੇਟਿਵ ਵਿਦ ਐਵਰੀਬਾਡੀ ਕੋਆਪਰੇਟਿਵ ਐਂਡ ਆਲਸੋ ਹੈਲਪਫੁਲ ਹੂ ਐਵਰ ਵਰਕ ਫੋਰ ਮੀ ਵਰਕ ਵਿਦ ਮੀ ਆਈ ਆਲਵੇਜ਼ ਟਰਾਈ ਟੂ ਹੈਲਪ ਹਰ ਯਾ ਤੇ ਤੁਸੀਂ ਕੈਨੇਡਾ ਦੇ ਬਾਰੇ ਕੀ ਸੋਚਦੇ ਸੀ ਜਦੋਂ ਤੁਸੀਂ ਇੱਥੇ ਪਹਿਲੀ ਵਾਰ ਆਏ ਅਸੀਂ ਇਹੋ ਸੋਚਦੇ ਸੀ ਭਈ ਇੰਡੀਆ ਨਾਲੋਂ ਬਹੁਤ ਬੈਟਰ ਕਲਾਈਮੇਟ ਹੈਗੀ ਆ ਜਿਹੜਾ ਹੈਗਾ ਜੇ ਤੁਸੀਂ ਕੰਮ ਕਰਨੇ ਤੁਹਾਡੇ ਕੋਲ ਪੈਸੇ ਵੀ ਬਣਦੇ ਹੈਗੇ ਆ ਤਾਂ ਸੋ ਬਾਕੀ ਜਿਹੜਾ ਫੂਡ ਵੀ ਕਲੀਨ ਹੈ ਹਾਂਜੀ ਸੋ ਦ ਵੇ ਆਫ ਲਿਵਿੰਗ ਆ ਕੇ ਅਸੀਂ ਬਹੁਤ ਕੀਤਾ ਤਾਂ ਹੁਣ ਅਸੀਂ ਫਿਰ ਜਦ ਦੇ ਹੁਣ ਕੰਮ ਤੋਂ ਰਿਟਾਇਰ ਹੋਏ ਹੈਗੇ ਆ ਵੀ ਆਰ ਟ੍ਰਾਇੰਗ ਟੂ ਗਿਵ ਇਟ ਬੈਕ ਬਾਈ ਵਲੰਟੀਅਰ ਡੂਇੰਗ ਵਲੰਟੀਅਰ ਵਰਕ ਸੋ ਜਿੱਦਾਂ ਹੁਣ ਤੁਹਾਨੂੰ ਦੱਸ ਕੇ ਹਟੇ ਅੱਗੇ ਤੇ ਭਈ ਜਿਹੜੀ ਹੈਗੀ ਆ ਐਗਜੈਕਟਿਵ ਹੈਗੀ ਆ ਸਨਸਰ ਕਮਿਊਨਿਟੀ ਸੈਂਟਰ ਦੀ ਉਹਦੇ ਮੈਂ 7 ਸਾਲ ਰਿਹਾ ਹੈਗਾ ਤਾਂ ਹੁਣ ਮੈਂ ਉਹ 'ਚੋਂ ਰਿਟਾਇਰ ਹੋ ਗਿਆ ਪਰ ਐਗਜੈਕਟਿਵ ਦਾ ਮੈਂਬਰ ਤਾਂ ਹੈ ਨਹੀਂ ਗਾ ਪਰ ਜਿਹੜੀ ਉੱਥੇ ਉਹਨਾਂ ਦੀ ਹੈਲਪ ਹਮੇਸ਼ਾ ਕਰੀਦੀ ਹੈਗੀ ਆ ਹੁਣ ਜਿੱਦਾਂ ਆਉਣੀ ਹੈਗੀ ਆ 1st of July ਆਉਣੀ ਹੈਗੀ ਆ ਅਸੀਂ ਉੱਥੇ ਜਾ ਕੇ ਉਹਨਾਂ ਦੇ ਨਾਲ ਪੂਰੀ ਹੈਲਪ ਕਰੀਦੀ ਹੈਗੀ ਆ ਵਾਪਸ ਅਸੀਂ ਗਏ 1971 ਦੇ ਵਿੱਚ ਪਹਿਲਾਂ ਆਪਣੇ ਬੱਚਿਆਂ ਨੂੰ ਪਹਿਲੀ ਵਾਰੀ ਲੈ ਕੇ ਗਏ ਸੀਗੇ ਤੇ ਤਿੰਨੇ ਬੱਚੇ ਤਾਂ ਹਰਜੀਤ ਤੇ ਮੈਂ ਅਸੀਂ 5 ਜਣੇ ਗਏ ਸੀਗੇ ਤਾਂ ਉੱਥੋਂ ਫਿਰ ਦੇਖੇ ਕਾਫੀ ਕੁਝ ਦੇਖਿਆ ਉੱਥੇ ਅਸੀਂ ਫਿਰ ਆ ਗਿਆ ਵਾਪਸ ਮੁੜ ਕੇ ਹਾਂਜੀ 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 ਤੇ ਉਸ ਵੇਲੇ ਫੈਮਿਲੀ ਲਾਈਫ ਕਿਵੇਂ ਸੀ ਜਿਵੇਂ ਮੇਨ ਸਟਰੀਟ ਦੇ ਉੱਪਰ ਮੈਂ ਉਹ ਲੋਕੀ ਨਾ ਜਿਸ ਵੇਲੇ ਜਦ ਅਸੀਂ ਆਏ ਪਹਿਲਾਂ ਤਾਂ ਇੱਥੇ ਲੋਕੀ ਸਾਰੇ ਨਾ ਡਰੈਸਾਂ ਪਾਉਂਦੇ ਹੁੰਦੇ ਸੀ ਲੇਡੀਜ਼ ਸਾਰੀ ਲੇਡੀਜ਼ ਕਿਉਂਕਿ ਜਦ ਹੈ ਨਾ ਜਦ ਸਾਡੀ ਮਾਂ ਵੀ ਆਈ ਹੈਗੀ ਆ 1954 ਦੇ ਵਿੱਚ ਉਸ ਵੇਲੇ ਉਹ ਕਿਉਂਕਿ ਇੱਕ ਤਾਂ ਨਾ ਉਸ ਸਮੇਂ ਦੇ ਵਿੱਚ ਆਪਣੇ ਐਤਵਾਰ ਨੂੰ ਨਾ ਸੰਡੇ ਨੂੰ ਇਹਨੂੰ ਕਹਿੰਦੇ ਲਾਰਡਸ ਦੇ ਪਰਮਾਤਮਾ ਦਾ ਦਿਨ ਹੈਗਾ ਲਾਰਡਸ ਦੇ ਕੋਈ ਵੀ ਕੰਮ ਨਹੀਂ ਸੀ ਕਰਦਾ ਨਾ ਕੋਈ ਗੇਮਾਂ ਵੀ ਨਹੀਂ ਖੇਡ ਸਕਦੇ ਸਿਰਫ ਚਰਚਾਂ ਨੂੰ ਹੀ ਆਉਣਾ
ਬਾਕੀ ਜਿਹੜੇ ਕੱਪੜੇ ਵੀ ਧੋਣੇ ਹੁੰਦੇ ਸੀਗੇ ਉਹ ਜਿਹੜੇ ਬਹੁਤੇ ਲੋਕੀ ਹੁੰਦੇ ਸੀਗੇ ਕੈਨੇਡੀਅਨ ਜਿਹੜੇ ਜਰਮਨ ਲੋਕੀ ਕਿਉਂਕਿ ਉਹ ਸਾਰੇ ਸੂਟ ਪਾ ਕੇ ਨਾ ਉਹ ਚਰਚਾ ਨੂੰ ਜਾਂਦੇ ਹੁੰਦੇ ਸੀਗੇ ਤਾਂ ਸਾਨੂੰ ਡੈਡੀ ਹੁਣੀ ਕਹਿਣਾ ਜੇ ਕੱਪੜੇ ਵੀ ਧੋਣੇ ਆਫਟਰਨੂਨ ਧੋ ਸਵੇਰੇ ਸਵੇਰੇ ਨਹੀਂ ਧੋਣੇ ਐਤਵਾਰ ਨੂੰ ਕਿਉਂਕਿ ਉਹਦੀ ਕੋਲ ਦੀ ਲੰਘਦੇ ਹੈਗੇ ਉਹਨੇ ਕਹਿਣਾ ਵੀ ਇਹ ਕੀ ਕਰਦੇ ਹੈਗੇ ਆ ਹਾਂਜੀ ਬਾਕੀ ਜਿਹੜੀ ਹੈਗੀਆਂ ਡਰੈਸਾਂ ਸਾਰੇ ਪਾਉਂਦੇ ਸੀਗੇ ਜਾਂ ਕਿਸੇ ਨੇ ਪੈਂਟ ਪਾ ਲੈਣੀ ਉਹ ਕਹਿੰਦੇ ਸੀਗੇ ਬਈ ਜਿਹੜੇ ਪਹਿਲੇ ਆਪਣੇ ਲੋਕੀ ਸੀ ਉਹ ਕਹਿੰਦੇ ਸੀਗੇ ਭਾਈ ਵੀ ਤੁਸੀਂ ਜਿੱਦਾਂ ਦੇ ਲੋਕੀ ਹੈਗੇ ਇਹਨਾਂ ਦੇ ਵਿੱਚੇ ਰਲ ਜਾਓ ਤਾਂ ਕਿ ਪਤਾ ਨਾ ਲੱਗੇ ਆਪਣੇ ਜਦ ਅਸੀਂ ਆਏ ਹੈਗੇ ਆ 48 ਦੇ ਵਿੱਚ ਉਸਲੇ ਤਾਂ ਅਬਾਊਟ 4000 ਪੀਪਲ ਹੋਣਾ ਕਿਉਂਕਿ ਜਿਹੜੀ ਜਿਹੜੀ ਆਪਣੀ ਪਾਪੂਲੇਸ਼ਨ ਸੀ ਨਾ ਉਹ ਸਿਰਫ ਕੈਮਰੂ ਤਾਂ ਕਲੋਨੀ ਤਾਂ ਹੀ ਸੀਗੀ ਕਲੋਨੇ ਵੀ ਦੋ ਤਿੰਨ ਫੈਮਲੀਆਂ ਕਲੋਨੇ ਹੁੰਦੀਆਂ ਸੀਗੀਆਂ ਤਾਂ ਦੋ ਕੁਨੀਆਂ ਸੀਗੀਆਂ ਕੈਮਰੂ ਕੁਨੀਆਂ ਸੀਗੀਆਂ ਬਾਕੀ ਤਾਂ ਇੱਕ ਜਾਂ ਦੋ ਫੈਮਲੀ ਹੁੰਦੀ ਕਲਗਰੀ ਹੁੰਦੀ ਸੀ ਬਾਕੀ 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 ਸਾਰੇ ਕੈਨੇਡਾ 'ਚ ਕੋਈ ਵੀ ਨਹੀਂ ਸੀ ਹੁੰਦਾ ਜਿਹੜੀ ਆਪਣੀ ਸਾਰੀ ਮੋਸਟਲੀ ਜਿਹੜੀ ਪਾਪੂਲੇਸ਼ਨ ਆ ਇੱਥੇ ਵੈਨਕੂਵਰ ਨਾਲੋਂ ਵੈਨਕੂਵਰ ਆਈਲੈਂਡ ਬਹੁਤੇ ਹੁੰਦੇ ਸੀ ਕਿਉਂਕਿ ਉੱਥੇ ਉਹ ਉੱਥੇ ਉੱਥੇ ਮਿਲਾਂ ਬਹੁਤ ਜ਼ਿਆਦਾ ਸੀ ਕਿਉਂਕਿ ਉੱਥੇ ਨਾ ਫੋਰੈਸਟ ਹੋਣ ਕਰਕੇ ਲੱਕੜਾਂ ਉੱਥੇ ਨੇੜੇ ਹੋਣ ਕਰਕੇ ਉਹਨਾਂ ਨੂੰ ਹਾਲ ਨਹੀਂ ਸ਼ਿਕਾਰਨੀ ਪੈਣੀ ਬਹੁਤ ਦੂਰ ਇਸ ਕਰਕੇ ਬਹੁਤੀਆਂ ਮਿਲਾਂ ਉੱਥੇ ਹੋਣੀ ਸੀ ਹੁਣ ਤਾਂ ਫਿਰ ਜਿਹੜੀਆਂ ਜਿਹੜੀ ਜਿਹੜੀ ਪਹਿਲੀਆਂ ਦੇ ਵਿੱਚ ਜਿਹੜੇ ਹੈਗੇ ਆ ਕਾਰਿਆ ਜਿਹੜੇ ਹੈਗੇ ਆ ਟਾਕੀਆਂ ਡੋਰ ਈਵਨ ਜਿਹੜੇ ਗਟਰ ਹੈਗੇ ਆ ਉਹ ਵੀ ਲੱਕੜੀ ਦੇ ਹੁੰਦੇ ਸੀਗੇ ਗਟਰ ਵੀ ਲੱਕੜੀ ਦੇ ਹੁੰਦੇ ਸੀਗੇ ਗਟਰ ਵੀ ਲੱਕੜੀ ਦੇ ਹੁੰਦੇ ਸੀਗੇ ਸਭ ਕੁਛ ਲੱਕੜੀ ਦਾ ਬਣਦਾ ਸੀ ਕਿਉਂਕਿ ਹੁਣ ਤਾਂ ਉਹ ਜਿਹੜੇ ਬਹੁਤਾ ਕੁਛ ਅਲੂਮੀਨੀਅਮ ਤਾਂ ਪਲਾਸਟਿਕ ਨੂੰ ਲੈ ਲਿਆ ਅਸੀਂ ਫਿਰ ਇੱਕ ਦੂ ਸਾਰੇ ਜਾਣਦੇ ਹੁੰਦੇ ਸੀਗੇ ਕੋਈ ਲੜਾਈ ਹੁੰਦੀ ਨਹੀਂ ਸੀ ਬਹੁਤ ਘੱਟ ਹੁੰਦੀ ਸੀ ਜੇ ਜੇ ਹੁੰਦੀ ਸੀ ਤਾਂ ਇੱਦਾਂ ਜਿੱਦਾਂ ਅਸੀਂ ਮੈਂ ਪਹਿਲਾਂ ਉੱਥੇ ਬੰਕ ਹਾਊਸ ਰਹਿੰਦਾ ਹੁੰਦਾ ਸੀਗਾ ਉਸ ਵੇਲੇ ਬਹੁਤੇ ਲੋਕ ਚੰਗੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਕਾਕਾ ਵੈਲਫੇਅਰ 'ਤੇ ਨਹੀਂ ਆਉਣਾ ਸਾਡਾ ਆਪਣੇ ਹਿੰਦੁਸਤਾਨੀਆਂ ਦਾ ਰੈਕਰਡ ਆ ਅਤੇ 1970 ਤੋਂ ਪਹਿਲਾਂ ਹਿੰਦੁਸਤਾਨੀ ਕੋਈ ਵੀ ਵੈਲਫੇਅਰ 'ਤੇ ਨਹੀਂ ਸਮਝਦਾ ਦੈਟਸ ਅਵਰ ਰੈਕਰਡ ਜਿਹੜੀ ਵੈਲਫੇਅਰ ਹੈਗੀ ਹੁਣ ਤਾਂ ਲੋਕ ਉਹ ਕਹਿੰਦੇ ਸਾਨੂੰ ਪੈਸੇ ਆਉਣ ਜਿੱਦਾਂ ਮਰਜ਼ੀ ਆਈ ਜਾਣ ਉਹ ਕਹਿੰਦੇ ਹੁੰਦੇ ਸੀਗੇ ਦੋ ਚਾਰ ਬੰਦੇ ਹੁੰਦੇ ਸੀ ਉਹਨੇ ਮੈਨੂੰ ਕਹਿਣਾ ਉਹ ਤੇਰਾ ਡੈਡੀ ਸ਼ਰਾਬ ਤਾਂ ਪੀਂਦਾ ਨਹੀਂ ਹੈ ਅੱਜ ਆਪਾਂ ਸ਼ਰਾਬ ਪੀ ਲਈਏ ਤਾਂ ਬਾਕੀ ਜਿਹੜੇ ਹੁੰਦੇ ਸੀ ਉਹਨੇ ਕਿਹਾ ਸੁਣਨਾ ਨਾ ਉਹਨੇ ਕਹਿਣਾ ਇਹਦੇ ਆਖਿਆ ਨਹੀਂ ਲੱਗਣਾ ਵੀ ਇਹੋ ਇਹ ਬੰਦਾ ਠੀਕ ਨਹੀਂ ਹੈਗਾ ਇਹ ਨਾਪ ਤਾਂ ਕੋਈ ਰੱਖਿਆ ਨਹੀਂ ਹੈ ਇਹ ਨਹੀਂ ਮੰਗਦਾ ਹੋਰ ਵੀ ਕੋਈ ਕੋਈ ਪੈਸੇ ਬਚਾਵੇ ਹਰਜੀਤ ਨੇ ਨੀ ਕਦੇ ਵੀ ਕੰਮ ਕੀਤਾ ਉਹਦਾ ਕਾਰਨ ਇਹ ਹੋਇਆ ਬੀਬੀ ਜਦ ਅਸੀਂ ਰਹਿੰਦੇ ਸੀਗੇ ਤਾਂ ਹਰਜੀਤ ਸਾਡੇ ਮੰਮੀ ਡੈਡੀ ਆ ਇੱਥੇ ਬਾਬਾ ਜੀ ਆ ਗਏ ਤਾਂ ਈਵਨ ਹਰਜੀਤ ਹੋਣੀ ਉਹ ਡਰਾਈਵਰ ਲਾਇਸੈਂਸ ਲੈਣ ਗਏ ਤਾਂ ਡੈਡੀ ਹੋਣੀ ਕਹਿੰਦੇ ਬੀਬੀ ਤੂੰ ਡਰਾਈਵਰ ਲਾਇਸੈਂਸ ਲੈ ਕਹਿੰਦੀ ਕਾਹਤੇ ਕਹਿੰਦੀ ਦੇਖ ਕਹਿੰਦੇ ਤਿੰਨ ਨਿਆਣੇ ਆ ਤਿੰਨ ਜਾਣੇ ਅਸੀਂ ਹਾਂ ਦੋ ਜਾਣੇ ਤੁਸੀਂ ਹਾਂ ਜੇ ਤੇਰਾ ਐਕਸੀਡੈਂਟ ਹੋ ਗਿਆ ਤਾਂ ਵਟ ਕੌਨ ਹੈਪਨ ਇਸ ਕਰਕੇ ਹਰਜੀਤ ਨੇ ਤਾਂ ਉਹ ਲਾਇਸੈਂਸ ਵੀ ਨਹੀਂ ਲਿਆ ਪਰ ਉਹਦਾ ਹੁਣ ਜਿਹੜਾ ਹੈਗਾ ਉਹਦੀ ਜਿਹੜੀ ਹੈਗੀ ਆ ਸਜ਼ਾ ਹੁਣ ਮੈਂ ਭੁਗਤਾਂ ਉਹ ਮੈਂ ਇਸ ਕਰਕੇ ਭੁਗਤਾਂ ਮੈਂ ਇਹਨੂੰ ਕਦੇ ਜਵਾਬ ਨਹੀਂ ਦਿੱਤਾ ਜਿੱਥੇ ਵੀ ਕਿਤੇ ਜਾਣਾ ਹੋਵੇ ਤਾਂ ਮੈਂ ਇਹਨੂੰ ਆਪਣੀ ਕਾਰ 'ਚ ਲੈ ਕੇ ਜਾਣਾ
ਐਨੀ ਟਾਈਮ ਐਨੀ ਟਾਈਮ ਕਰੋ ਤਾਂ ਅਸੀਂ ਬਹੁਤ ਬੀਬੀ ਖੁਸ਼ ਹਾਂ ਬਹੁਤ ਠੀਕ ਹੈ ਇੱਕ ਹੁਣ ਜਦ ਇੰਡੀਆ ਤੋਂ ਅਸੀਂ ਆਏ ਨਾ ਉਹ ਕਿਉਂਕਿ ਸਾਡੇ ਦੋਹਾਂ ਦੇ ਮਾਪੇ ਜਿਹੜੇ ਸੀ ਫਰੀਡਮ ਫਾਈਟਰ ਬਾਬਾ ਜੀ ਤਾਂ ਇਹਨਾਂ ਦੇ ਹਰਜੀਤ ਸਿੰਘ ਡੈਡੀ ਜਰਨੈਲ ਮੂੜਾ ਸਿੰਘ ਹੋਣੀ ਜਰਨੈਲ ਮੂੜਾ ਸਿੰਘ ਫਰੀਡਮ ਫਾਈਟਰ ਹੋਣ ਕਰਕੇ ਸਾਡੇ ਜਿਹੜੇ ਬਹੁਤੇ ਖਿਆਲ ਸੀ ਨਾ ਉਹ ਸਾਡੇ ਮਿਲਦੇ ਸੀਗੇ ਸੋ ਕਿਉਂਕਿ ਸਾਡੀ ਜਿਹੜੀ ਹੈਗੀ ਆ ਲੋਕਾਂ ਦੀ ਸੇਵਾ ਕਰਨੀ ਹੈਲਪ ਕਰਨੀ ਤਾਂ ਉਹਨਾਂ ਦੇ ਨਾਲ ਕਿੱਦਾਂ ਮਿਲਣਾ ਵਰਤਣਾ ਹੈਗਾ ਉਹ ਸਾਡਾ ਬਹੁਤ ਕੁਛ ਮਿਲਦਾ ਸੀਗਾ ਸੋ ਸੋ ਅਬਾਊਟ 70-75% ਅਸੀਂ ਪਹਿਲੇ ਇੱਕ ਦੂਜੇ ਦੇ ਬਣ ਗਏ ਅਕੁਆਇੰਟਡ ਬਣ ਗਿਆ ਨਾ ਅਕੁਆਇੰਟਡ ਬਣ ਗਿਆ ਸੋ ਬਾਕੀ ਜਿਹੜਾ ਹੈਗਾ ਫਿਰ ਯਾਦ ਹੁਣ ਬਾਬਾ ਜੀ ਨੇ ਮੈਨੂੰ ਦੱਸਿਆ ਸੀਗਾ ਕਾਕਾ ਲੈ ਤੂੰ ਐਕਟਿਵ ਰਹਿਣਾ ਹੈਗਾ ਸੋ ਉਹ ਜਿਹੜੀ ਉਹ ਮੇਰੀ ਹੈਬਿਟ ਹੈਗੀ ਨਾ ਸਲੋਅ ਹੋਣ ਦੀ ਕਿਉਂਕਿ ਮੈਂ ਹੁਣ ਹਰ ਵੇਲੇ ਜੇ ਘਰ ਦੇ ਵਿੱਚ ਮੈਂ ਇਹਨਾਂ ਨੂੰ ਕਦੇ ਨਹੀਂ ਕਿਹਾ ਵੀ ਤੂੰ ਆਹ ਨਹੀਂ ਕਰਨਾ ਆਹ ਨਹੀਂ ਕੀਤਾ ਜਿਹੜੀ ਚੀਜ਼ ਕਰਨ ਵਾਲੀ ਹੁੰਦੀ ਮੈਂ ਆਪੇ ਕਰ ਲੈਂਦਾ ਸੋ ਅਸੀਂ ਸਬਜ਼ੀ ਬਣਾਉਣੀ ਹੈਗੀ ਆ ਤਾਂ ਮੈਂ ਬਾਹਰੋਂ ਸਬਜ਼ੀ ਆਪਣੇ ਘਰ ਦੀਆਂ ਸਬਜ਼ੀਆਂ ਬੀਜੀਆਂ ਘਰ ਦੀਆਂ ਸਬਜ਼ੀਆਂ ਬੀਜ ਕੇ ਬਾਹਰੋਂ ਤੋੜ ਕੇ ਲਿਆ ਕੇ ਕੱਟ ਕੇ ਗੰਢਾ ਵੀ ਚੀਰ ਦੇਣਾ ਲਸਣ ਵੀ ਚੀਰ ਦੇਣਾ ਤਾਂ ਇਹ 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 ਤੁੜਕਾ ਲਾਉਂਦੇ ਹੈਗੇ ਕਿੰਨਾ ਕਿੰਨਾ ਸੁਖਾਲਾ ਕੰਮ ਹੈ ਕਿੰਨਾ ਸੁਖਾਲਾ ਕੰਮ ਹੈ ਜਿਸ ਵੇਲੇ ਸਾਰੇ ਬਾਬਾ ਜੀ ਸਿਆਣੇ ਹੋ ਗਏ ਤੇ ਉਸ ਵੇਲੇ ਹੁਣ ਜਿੱਦਾਂ ਕਹਿੰਦੇ ਭਰਾ ਭੈਣਾਂ ਤਾਂ ਹੁੰਦੇ ਹੈਗੇ ਆ ਪਰ ਬੀਬੀ ਜਿਹੜੇ ਜਿਵੇਂ ਹੈ ਨਾ ਰਿਸਪੋਂਸੀਬਿਲਟੀ ਬਣਦੀ ਹੈਗੀ ਆ ਉਹ ਉਹ ਸਿਰ ਰਹੀ ਜੇ ਕੋਈ ਕਿਸੇ ਦੀ ਹੈਲਪ ਨਹੀਂ ਕਰਦਾ ਹੈ ਜੀ ਸੋ ਸੋ ਅਸੀਂ ਫਿਰ ਉਹ ਫਿਰ ਦੇਖਿਆ ਭਾਈ ਸਾਨੂੰ ਭਾਈ ਭਰਾਵਾਂ ਤੋਂ ਬਹੁਤੀ ਆਸ ਨਹੀਂ ਹੈਗੀ ਤਾਂ ਅਸੀਂ ਫਿਰ ਬਹਿ ਕੇ ਫੈਸਲਾ ਕਰ ਲਿਆ ਵੀ ਜਿੰਨੇ ਚਿਰ ਸਾਡੇ ਮਾਪੇ ਹੈਗੇ ਆ ਅਸੀਂ ਸਾਡੀ ਜਿਹੜੀ ਹੈਗਾ ਲਈਏ ਟਾਈਮ ਅਸੀਂ ਛੱਡ ਦਿੱਤਾ ਪੇਸ਼ 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 ਸਾਡੀ ਲਾਈਫ ਬਥੇਰੀ ਹੈਗੀ ਹੈ ਅਤੇ ਹੁਣ ਯਾਦ ਹੁਣ ਸਾਡੇ ਕੋਲ ਮਾਪੇ ਹੈ ਨਹੀਂ ਹੈ ਬਾਬਾ ਜੀ ਚੱਲ ਗਿਆ ਤਾਂ ਹਰਜੀਤ ਹੋਣੇ ਮੰਮੀ ਡੈਡੀ ਵੀ ਉਹ ਵੀ ਸਾਡੇ ਕੋਲ ਆ ਕੇ ਰਹੇ ਇੱਥੇ ਹੈ ਜੀ ਇੱਥੇ ਰਹੇ ਇਸੇ ਘਰ ਦੇ ਵਿੱਚ ਇਸੇ ਘਰ ਦੇ ਵਿੱਚ ਹੈ ਜੀ ਸੋ ਉਹ ਵੀ ਹੈ ਨਹੀਂ ਹੁਣ ਤਾਂ ਹੁਣ ਫਿਰ ਮੈਂ ਅਸੀਂ ਰਿਟਾਇਰ ਵੀ ਹੋ ਗਏ ਹਾਂ ਤਾਂ ਹੁਣ ਅਸੀਂ ਕਰੂਜ਼ ਨੂੰ ਵੀ ਜਾਈਦਾ ਹਾਂਜੀ ਹੁਣ ਕਰੂਜ਼ ਨੂੰ ਜਾਈਦਾ ਹਾਂਜੀ 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 How often? Once or twice a year. Wow, yeah. Okay. Just last we went to European tour. European tour, cruise. That's so cool. ਹੁਣ ਫਿਰ ਜਾਣਾ ਹੈਗਾ ਥੋੜ੍ਹੇ ਚਿਰ ਨੂੰ ਇੱਥੋਂ ਤੁਰਨਾ ਹੈਗਾ ਵੈਨਕੂਵਰ ਤੋਂ ਬੋਰਡ ਤੁਰਨਾ ਤੇ ਜਾਣਾ ਹਵਾਈ ਨੂੰ ਜੇ ਤੁਸੀਂ ਲੇਜ਼ੀ ਹੈ ਨਾ ਫਿਰ ਤੁਹਾਨੂੰ ਔਖਾ ਆ ਜੇ ਤੁਸੀਂ ਲੇਜ਼ੀ ਹੈ ਨੀ ਜੇ ਤੂੰ ਐਕਟਿਵ ਆ ਫਿਰ ਕੋਈ ਚੀਜ਼ ਔਖੀ ਨਹੀਂ ਲੱਗਦੀ ਕਿਉਂਕਿ ਜੇ ਤੁਸੀਂ ਕਹਿੰਦੇ ਹੈ ਆਹ ਮੈਂ ਕੰਮ ਕਰਨਾ ਫਿਰ ਤੁਸੀਂ ਕਹਿੰਦੇ ਹੈ ਕਿ ਮੈਂ ਕਰਨਾ ਹੈਗਾ ਜੇ ਹਾਏ ਮਰ ਗਿਆ ਹੋਏ ਬਹੁਤ ਔਖਾ ਕੰਮ ਕਿੱਦਾਂ ਹੋਊਗੀ ਫਿਰ ਕੰਮ ਤੁਸੀਂ ਕੀ ਕਰਨਾ ਫਿਰ ਸੋ ਅਸੀਂ ਜਿੰਨੇ ਵੀ ਕੰਮ ਕੀਤੇ ਹੈ ਉਹ ਰਿਪਾਵਰ ਹੋ ਕੇ ਕੀਤੇ ਹੈਗੇ ਜਿੰਨੇ ਇੰਡੀਆ ਤੋਂ ਕਿੰਨੇ ਜਿਹੜੇ ਸੀਗੇ ਰਿਲੇਟਿਵ ਰਿਸ਼ਤੇਦਾਰ ਮੰਗਾਏ ਹੈਗੇ ਆ ਉਹਨਾਂ ਸਾਰਿਆਂ ਦੀ ਹੈਲਪ ਕੀਤੀ ਹੈਗੀ ਆ ਉਹਨਾਂ ਨੂੰ ਜੇ ਉਹਨਾਂ ਨੂੰ ਘਰ ਲੈ ਕੇ ਦਿੱਤੇ ਆ ਡਾਊਨ ਪੇਮੈਂਟ ਪਹਿਲਾਂ ਦੇ ਦੇਣੀ ਆਪਣੇ ਕੋਲੋਂ ਉਹਨਾਂ ਦੀ ਚੱਲ ਪਏ ਤਾਂ ਉਹਨੇ ਫਿਰ ਸਾਲ ਦੋ ਸਾਲ ਹੀ ਸਾਨੂੰ ਪੈਸੇ ਮੋੜਤੇ ਉਹ ਗੱਲ ਵੱਖਰੀ ਹੈਗੀ ਹੈ ਜੀ ਪਰ ਉਹਨਾਂ ਦੇ ਸਟਾਰਟ ਅਸੀਂ ਕੀਤੇ ਬਹੁਤ ਕਈਆਂ ਜਾਣ ਨੇ ਕੀਤੇ ਹਾਂਜੀ ਹਾਂਜੀ ਸਰੀ ਜੀ ਹਾਂਜੀ ਸਰੀ ਫਿਰ ਕਿਉਂਕਿ ਇੱਥੇ ਜਿਹੜੀ ਹੈਗੀ ਆ ਵੈਨਕੂਵਰ ਦੀ ਲਾਟ ਦੇ ਵਿੱਚ ਪ੍ਰਾਈਸ ਦਾ ਦੁੱਗਣਾ ਫਰਕ ਹੋ ਜਾਂਦਾ
So now Main Street, it's not as active. ਮੈਂ ਪਰ ਹੁਣ 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 ਹੋ ਗਈ ਕਿ ਹੁਣ ਜਿਹੜਾ ਹੈਗਾ ਉਹ ਕਾਰਨਰ ਬਣ ਗਿਆ ਹੈਗਾ ਉਹਦੇ ਨਾਲ ਹੁਣ ਉੱਥੇ ਅਬਾਊਟ 60-70 ਫੈਮਿਲੀ ਉੱਪਰ ਮੂਵ ਹੋਣੀ ਆ ਤਾਂ ਉਹਦੇ ਨਾਲ ਫਿਰ ਮੁੜ ਕੇ ਹੁਣ ਮੈਂ ਤੇ ਮੇਨ ਸਟਰੀਟ ਮੁੜ ਕੇ ਫਿਰ ਠੀਕ ਹੋ ਜਾਊਗੀ ਹਾਂਜੀ 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 And you've lived in this house for how many years? Since 1964. And how did you... ਮੈਂ ਇੱਕ ਗੱਲ ਤੁਹਾਨੂੰ ਦੱਸਣਾ ਯਾਦ ਭੁੱਲ ਗਿਆ ਚੰਗਾ ਕੀਤਾ ਉਹ ਨਾ ਜਿਸ ਵੇਲੇ ਬਾਬਾ ਜੀ ਸਾਡੇ ਕੋਲ ਆਏ 1964 ਵਿੱਚ ਨਹੀਂ 1964 ਚ ਆਏ ਉਹ ਜਨਵਰੀ ਮਹੀਨੇ ਤੇ ਉਹ ਕਿਉਂਕਿ ਉਹ ਸਾਡਾ ਘਰ ਸੀਗਾ ਥ੍ਰੀ ਸਟੋਰੀ ਦਾ ਘਰ ਉੱਥੇ ਜਿਹੜਾ ਪੁਰਾਣਾ ਘਰ ਸੀਗਾ 519 East 59 ਬੈਨਕੋਟ ਚ 519 East 59 ਉਹ ਮੈਨੂੰ ਬਾਬਾ ਜੀ ਕਹਿੰਦੇ ਇੱਕ ਦਿਨ ਕਾਕਾ ਵੀ ਮੇਰਾ ਮੰਜਾ ਬੇਸਮੈਂਟ ਚ ਲਾ ਦੇ ਮੈਂ ਕਿਹਾ ਬਈ ਇਹ ਤਾਂ ਗੱਲ ਹੋ ਨਹੀਂ ਸਕਦੀ ਮੈਂ ਕੀ ਗੱਲ ਕਹਿੰਦੇ ਕਿ ਮੈਨੂੰ ਥੱਲੇ ਵਾਸ਼ਰੂਮ ਹੈਗਾ ਮੈਨੂੰ ਫਿਰ ਉੱਥੇ ਮੈਨੂੰ ਸੁਣਾਉਣਾ ਸੁਣਾਉਣਾ ਸੁਖਾਉਣਾ ਮੈਂ ਕਿਹਾ ਬਾਬਾ ਜੀ ਇਹ ਗੱਲ ਨਹੀਂ ਹੋ ਸਕਦੀ ਇਹ ਕਾਹਤੇ ਨਹੀਂ ਹੋ ਸਕਦੀ ਮੈਂ ਕਿਹਾ ਤੁਸੀਂ ਸਾਰੀ ਲਾਈਫ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਲੜੀ ਹੈ ਹੁਣ ਜੇ ਕਿਸੇ ਨੇ ਤੁਹਾਨੂੰ ਮਿਲਣ ਆਇਆ ਉਹਨੇ ਕਹਿਣਾ ਹੁਣ ਬੁੜਾ ਹੁਣ ਕਹਿਣਾ ਬੇਸਮੈਂਟ ਸਿੱਟਿਆ ਗਦਰੀ ਹੁਣ ਕਹਿੰਦੇ ਗਦਰੀ ਹੁਣ ਬੇਸਮੈਂਟ 'ਚ ਪਿਆ ਮੈਂ ਕਿਹਾ ਹਾਂ ਗੱਲ ਮੈਂ ਇੱਕ ਕਹਾ ਨਹੀਂ ਸਕਦਾ ਅਸੀਂ ਫਿਰ ਦੋਵਾਂ ਨੇ ਆਲਾ ਦੁਆਲੇ ਘਰ ਦੇਖਣ ਲੱਗ ਪਏ ਆਹ ਜਿਹੜਾ ਘਰ ਹੈਗਾ ਅਸੀਂ 1964 ਦੇ ਵਿੱਚ ਇਹ ਘਰ ਬਣਦਾ ਸੀਗਾ ਹਾਲੇ ਛੱਤੇ ਪਈ ਸੀਗੀ ਅਸੀਂ ਫਿਰ ਅਸੀਂ ਇਹ ਲੈ ਲਿਆ ਤਾਂ ਅਸੀਂ ਉਹਨਾਂ ਨੂੰ ਆਖਿਆ ਪਈ ਵੀ ਇਹਦੇ ਜਗ੍ਹਾ 3 bedroom ਹੈ ਤੇ ਫਿਰ ਤੁਸੀਂ ਬਈ ਸਾਨੂੰ 3 bedroom ਥੱਲੇ ਬੇਸਮੈਂਟ ਹੋਰ ਬਣਾ ਦਿਓ ਤਾਂ ਫਿਰ ਅਸੀਂ ਤੁਹਾਡਾ ਲੈ ਲੈਂਦੇ ਹਾਂ ਅਸੀਂ ਫਿਰ 6 bedroom ਬਣਾ ਕੇ ਘਰ ਉਹ ਫਿਰ 64 ਚ ਬਾਬਾ ਜੀ ਨੂੰ ਉਹਨਾਂ ਨੂੰ ਠੀਕ ਰੱਖਣ ਵਾਸਤੇ ਲਿਆ ਹਾਂਜੀ 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 ਫਿਰ ਇੱਦਾਂ ਸੀਗਾ ਜਿੱਥੇ ਜਿਹੜੇ ਬਾਬਾ ਜੀ ਦਾ ਮੰਜਾ ਸੀਗਾ ਮੇਨ ਫਲੋਰ ਤੇ ਮੇਰਾ ਰਾਈਟ ਅੰਡਰਨੀਥ ਕਿਉਂਕਿ ਸਾਡੇ ਸਾਰੇ ਸੀਗੇ ਵੁੱਡ ਫਲੋਰ ਸੀਗੇ ਮੈਂ ਬਾਬਾ ਜੀ ਨੂੰ ਆਖਿਆ ਫਿਰ ਜੇ ਤੁਸੀਂ ਇੱਦਾਂ ਕਰੇ ਖੂੰਡੀ ਨਾ ਤੁਸੀਂ ਮੈਨੂੰ ਖੜਕਾ ਕਰਦਾ ਉਸ ਵੇਲੇ ਤੁਹਾਡੀ ਹੱਕ ਮੈਂ ਹੈਲਪ ਕਰੇ ਕਰੂੰਗਾ ਹਾਂਜੀ ਉਸ ਵੇਲੇ ਮੇਨਲੈਂਡ ਸਾਹ ਮਿਲ ਚ ਜਿਹੜੀ ਬੀਬੀ ਬਰਕਲੰਬਰ ਕੰਪਨੀ ਸੀਗੀ ਉਹ ਆਸਾ ਜੌਹਲ ਨੇ 1973 ਦੇ ਵਿੱਚ ਉਹਨ ਫਿਰ ਲੈ ਲਈ ਉਹ ਤੇ ਮੈਂ ਨਾ ਪਹਿਲਾਂ ਜਦ ਮੈਂ ਬਰਕਲੰਬਰ ਦਾ ਇੰਨਾ ਸੋਹਣਾ ਕੰਮ ਕੀਤਾ ਨਾ ਉਹਨੇ ਮੈਨੂੰ ਫਿਰ ਸੀਗਾ ਤਾਂ ਮੈਂ ਇੰਚਾਰਜ ਪਰ ਰਾਤ ਦੀ ਜਿਹੜੀ ਸ਼ਿਫਟ ਹੈ ਉਹ ਮੈਂ ਹੀ ਚਲਾਈ 3 ਸਾਲ 70 ਤੋਂ ਲੈ ਕੇ 73 ਤਾਈਂ ਉਹਦੇ ਵਿੱਚ ਫਿਰ ਕਿਉਂਕਿ ਉਹਨੇ ਮੈਨੂੰ ਬਰਕਲੰਬਰ ਨੇ ਸਾਰੀ ਅਥਾਰਟੀ ਦਿੱਤੀ ਸੀ ਵੀ ਅਸੀਂ ਸਵੇਰ ਨੂੰ ਮਿਲ ਚੱਲਦੀ ਦੇਖਣੀ ਹੈਗੀ ਆ ਕਿਉਂਕਿ ਉਹਨਾਂ 'ਤੇ ਜਿਹੜਾ ਕੰਫੀਡੈਂਸ ਹੁੰਦਾ ਨਾ ਕੰਫੀਡੈਂਸ ਹੁੰਦਾ ਮੇਰੇ 'ਤੇ ਹੋ ਗਿਆ ਵੀ ਵੀ ਆਰ ਰਾਈਟ ਪਰਸਨ ਟੂ ਚੂਜ਼ ਫਰੋਮ ਸੋ ਤੁਸੀਂ ਅੱਜ ਉਹ ਜਿਹੜਾ ਐਂਡ ਦੇਖਿਆ ਹੈਗਾ ਉਹਦਾ ਜੋਸ਼ ਤੋੜਨ ਦੀ ਜਿਹੜੀ ਹੈਗੀ ਆ ਤੁਸੀਂ ਫੋਟੋ ਲਈ ਹੈਗੀ ਆ ਹੈਗੀ ਵੀ ਉਹ ਮੈਨੂੰ ਕਿੰਨਾ ਸੋਹਣੇ ਮੈਨੂੰ ਅੱਖਰ ਲਿਖੇ ਹੋਏ ਹੈਜੀ ਕਿੰਨਾ ਕਿੰਨਾ ਦੇਖੋ ਨਾ ਮਨ ਨੂੰ ਖੁਸ਼ੀ ਹੁੰਦੀ ਹੈਗੀ ਆ ਹੈਜੀ ਕਈਆਂ ਲੋਕਾਂ ਨੂੰ ਪੈਸੇ ਨਾਲ ਖੁਸ਼ੀ ਹੁੰਦੀ ਹੈਗੀ ਆ ਪਰ ਸਾਨੂੰ ਖੁਸ਼ੀ ਜੋ ਕੁਛ ਅਸੀਂ ਕੀਤਾ ਨਾ ਲੋਕਾਂ ਦੀ ਖਾਤਰ ਜਿਹੜੀਆਂ ਉਹਨਾਂ ਦੀ ਜਿਹੜੀਆਂ ਨਾ ਹੈਗੀਆਂ ਬਲੈਸਿਸ ਆ ਉਹਨਾਂ ਦੀਆਂ ਬਲੈਸਿਸ ਸਾਨੂੰ ਮਿਲਦੀਆਂ ਹੈਗੀਆਂ ਜਿੱਦਾਂ ਕਹਿੰਦੇ ਹੁੰਦੇ ਨਾ ਸਾਡਾ ਇੱਥੇ ਹੋਇਆ 70th birthday ਹੋਇਆ ਮੇਰਾ ਅਤੇ ਉੱਥੇ ਗੈਦਰਿੰਗ ਹੋਏ ਤਾਂ ਮੈਂ ਉਹਨਾਂ ਨੂੰ ਆਖਿਆ ਪੀਪਲ ਗੋਜ਼ ਟੂ ਮੱਕਾ ਐਂਡ ਮਦੀਨਾ ਟੂ ਹੈਵ ਦੈਟ ਪੀਸ ਆਫ ਮਾਇੰਡ ਬਟ ਆਈ ਗੈਟ ਆਲ ਦਿਸ ਫਰੋਮ ਯੂਰ ਮਾਇੰਡ ਐਂਡ ਸੋਲ ਸੋ ਜਿਹੜੇ ਜਿਹੜੇ ਤੁਸੀਂ ਆਪਸ ਵਿੱਚ ਹੀ ਹੈ ਨਾ ਤੁਹਾਡੇ ਮਿੱਤਰਾਂ ਦੋਸਤਾਂ 'ਚ ਖੁਸ਼ੀ ਮਿਲਦੀ ਆ ਉਹਦੇ ਮੇਰੇ ਪੈਸਾ ਨਹੀਂ ਕੁਛ ਵੀ ਹਾਂਜੀ 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 ਰਿਟਾਇਰਮੈਂਟ ਹਾਂਜੀ ਉਹ ਤੁਸੀਂ ਮੈਂ ਤੁਹਾਨੂੰ ਦਿਖਾਤੀ ਜਿਹੜੀ ਫੋਟੋ ਦਿੱਤੀਆਂ ਤੁਹਾਨੂੰ ਮੈਂ ਰਿਟਾਇਰਮੈਂਟ ਦੀਆਂ ਹਾਂਜੀ ਹਾਂਜੀ
Can you tell me a bit about your, was it Tuesday and Thursday group, community center? Yeah, community center which I see. जाने हैं क्या every Tuesday? हाँ जी. Every Tuesday, पर मैं करूँ ना 10 बजे जाना. उन्हें बात है food बनाना. 12 बजे शुरू होंगे है क्या था 12 बजे तो लेके जरा सेक्टरी पुणे तक काम वो भी मैं ही करना. हाँ जी. तो वो फिर 2 बजे सी बंद कर देने हैं. So every Tuesday मैं 5 घंटे लगाना होते. उते है का South Asian Men's Group. South Asian Men. South Asian Men's Group. जिधर साढ़े Tuesday का ग्रुप है यार. वो जिधर neighborhood house है ना Victoria Drive ते. हाँ जी. वो थ्रू चलता. इतने ladies का ग्रुप जिधर है का Friday था. वो भी neighborhood house थ्रू चलता. हाँ जी. तो जिधर साढ़े Thursday का ग्रुप है यार. हाँ जी. वो है का खासत वाला Friday Men को ले चलने जिधर चलना. ओह दे बच्चे सोचा से क्लियर है का प्रेसिडेंट मैं है का वाइस प्रेसिडेंट ओके वाव ओके सो होम तो सी आज का की करते हो जिमेकर आज कल तो हम मैं इतना बिजी हूँ बेबी कि बाहर फोन लगे हो है क्या गार्डन और मैं टमाटर नहीं फोन लगे हो या बीन्स नहीं फोन लगा है क्या तो जड़ी ऐसी ऑलमोस्ट वेजिटेबल खाने ना तकरीबन 50% ऐसी अपने जड़ी काटी होती है कि जितना साग है का बीन्स है कि टमेटो है कि या जुकिनिया बड़ा कद्दू ये वो साड़ियाँ ये काटियाँ खाई थी सारा सारे खाई थी सो गुड सी मैंने होर कुछ दस ना चाहते हो थोड़े लाइफ के बारे होर कोई लाइफ के बारे तो सी जे जे कोई 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 हिंट दियो तो फिर कितने आ जाना कितने आ जाना ओके जब मैं होर कोई मेमोरी होंगे कम्युनिटी दे बारे कम्युनिटी दे बारे जब जब लोग गोदवारा बनाने सी गोदवारे बनाने से उसमें मैं दोनों दस या क्या पहले इस गोद गुरु का आवास दे सारे ने बहुत ही मेरी गुराही कटी की थी तो कार नहीं हो सका क्योंकि मैं मिले बच्चे इंचार्ज सका इस करके फिर वो लोग की मेनू पे उनका लापता कान पे भी हाँ ये सारा हेल्प हो लिया ना पैसे मैं कड़े अपने लिए मैं मांगता सका पैसे तो गुरु काले मांगने ना मांगता भी इस करके सका पे जेदन तो पक्का हो जाए यूनियन जो पक्का हो जाए जब तो यूनियन जो पक्का हो जाए ताँ फिर उसने तो 100 डॉलर दे दी हाँ जी ते ज़्यादा तो सी हांगकांग लोग ऐसी ओह बोट दे ऊपर सी जब नहीं नहीं बोट जो ऐसी प्लेन चे आए थे ना उतनो कलकत्ता टू हांगकांग हाँ फिर हो गए फिर इतने आ गए उतने भी सन प्लेन ची होना पड़ा एक बार मैं तो नू याद आ गया पोल गया जेडी मैं तो नू है ना अधिकारी है कि या साड़ी फील्ड हॉकी दी जेडी है कि या चैंपियनशिप दी और इस में सारी कहानी लिखी हुआ और जो जेडी लिखी हुई है कि या पे ऐसे ही जब बटोरिया गए थे ना उतने काम तो मैं किधर होर्मल जी करता था पर वीक जेड मेल दे बच्चे काम करता था ना सेल के टुलमर का अपन दे बच्चे तो जेड वीकेंड हम था सिगा ओह मेरे डैडी होना दोस्त गए बिशन सिंह औजला बिशन सिंह औजला ओह उन्हें दी होनी थी बुड बिजनेस ओ असीं फिर सैटरडे नू जा के असीं उत्तर लकड़ा ले ले आके लकड़ा निकाली करना ने तो एक गल हम देखा गल गल चो गल निकल दी ना क्योंकि जेडी उसने फील बीबी साढ़े लकड़ी दा ता वोड ता साढ़े से फील होना सका जेडा साढ़े इतने वैनकुर दे बेचे पहली बारी गैस आया हैगा गैस 1958 जाया आज 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 नेचुरल गैस है ये ना नेचुरल गैस है 1958 चाहा वो तो पहला ये ना मेन होंडा था का लकड़ा था ते भूर था साड़स था ये हो जाना क्योंकि किसे भी कार दे बच बेसमेंट स्वीट नहीं से होंडे क्योंकि जड़ियाँ बेसमेंट स्वीट गए वो सारे लकड़ा दे नाल था भूर दे ना स्टोरेज की तय होंडा था ऐस करके वो फिर ये ना उसे बक्टोरी ड्राइव उसे मैं चाचे होना ना काम करता हूँ ना उसका सैटरडे नू
ਤਾਂ ਸੰਡੇ ਨੂੰ ਉਹ ਫਿਰ ਉਹਨੇ ਮੈਨੂੰ ਥੋੜ੍ਹੇ ਜਿਹੇ ਪੈਸੇ ਦੇ ਦੇਣੇ, ਮੈਂ ਨਾਲੇ 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 ਉਹਦੀ ਹੈਲਪ ਹੋ ਜਾਣੀ, ਉਹਨਾਂ ਦੀ ਹੈਲਪ ਹੋ ਜਾਣੀ, ਤਾਂ ਉਹਨੇ ਮੈਨੂੰ ਪੈਸੇ ਵੀ ਥੋੜ੍ਹੇ ਜਿਹੇ ਦੇਣੇ. ਹਾਂਜੀ, ਉਹਦੇ ਨਾ ਜਿਹੜੇ ਹੈਗੇ ਆ ਬੂਰ ਦੀਆਂ ਬੋਤਲਾਂ, ਬੂਰ ਦੀਆਂ ਬੋਰੀਆਂ ਦੋ ਦੋ ਤਿੰਨ ਤਿੰਨ ਆਪਣੇ ਬੈਗਾਂ 'ਤੇ ਰੱਖ ਕੇ ਲਿਜਾਂਦੇ ਹੁੰਦੇ ਸੀ. ਹਾਂਜੀ, ਅਸੀਂ ਇੱਥੇ ਕਰਦੇ ਹੁੰਦੇ ਸੀ ਜਿਹੜੀਆਂ ਹੈਗੀਆਂ ਸਕੂਲਾਂ ਦੀਆਂ ਗਰਾਊਂਡ ਹੈਗੀਆਂ, ਹਾਂ ਸਕੂਲ ਗਰਾਊਂਡ, ਸਕੂਲ ਗਰਾਊਂਡ ਮੋਸਟਲੀ ਅਸੀਂ ਜਾਈਦਾ ਸੀਗਾ ਡੇਵਿਡ ਥੌਮਸਨ, ਡੇਵਿਡ ਥੌਮਸਨ ਸੀਗੇ, ਕਿਉਂਕਿ ਜਿਹੜੀ ਸਾਡੀ ਫੋਟੋ ਖਿੱਚੀ ਉਹ ਆ, ਇਹ ਵੀ ਉੱਥੋਂ ਦੀ ਹੈਗੀ, ਡੇਵਿਡ ਥੌਮਸਨ ਹਾਈ ਸਕੂਲ ਦੀ ਹੈ. ਹਾਂਜੀ, ਪ੍ਰੈਕਟਿਸ ਤਾਂ ਬਾਕੀ ਦਾ ਕੰਮ ਕਰੀਦਾ ਸੀਗਾ, ਪ੍ਰੈਕਟਿਸ ਤਾਂ ਬਹੁਤ ਥੋੜ੍ਹਾ ਹੁੰਦਾ ਸੀਗਾ, ਉਦਣੇ ਕਰੀਦਾ ਸੀਗਾ. ਸਾਰਿਆਂ ਨਾਲ ਸਾਰਿਆਂ ਨੂੰ ਜਿਹੜੀ ਬੈਡ ਗੱਲ ਤੁਹਾਨੂੰ ਦੱਸਣ ਲੱਗਾ ਮੈਂ, ਜਿਹੜੀ ਸਾਡੇ ਮੁੰਡੇ ਸੀ ਨਾ ਹਾਕੀ ਦੇ, ਉਹ ਹੈਫ ਟਾਈਮ ਤਾਂ ਹੀ ਮਸੀਂ ਇਕੱਠੇ ਹੁੰਦੇ ਸੀਗੇ. ਜਿਸ ਵੇਲੇ ਅਸੀਂ ਪਹਿਲਾਂ ਸ਼ੁਰੂ ਹੋਣਾ ਨਾ, ਉਹਨੇ 11 ਮੁੰਡੇ ਖੇਡਦੇ ਟੀਮ ਦੇ ਵਿੱਚ, ਅਸੀਂ 8 ਜਾਂ 9 ਤੋਂ ਸ਼ੁਰੂ ਹੁੰਦੇ ਸੀਗੇ. ਉਹਨੇ ਹੌਲੀ ਜਿਹਦਾ ਹਾਫ ਟਾਈਮ ਆਉਣਾ ਉਸ ਲਈ ਆਉਣਾ, ਤੇ ਮੈਂ ਗੋਲਕੀਪਰ ਹੁੰਦਾ ਸੀਗਾ, ਤੇ ਮੈਨੂੰ ਬਾਕੀਆਂ ਨੇ ਕਹਿਣਾ, ਉਹ ਲਕਸ਼ਮਣ ਹੁੰਦਾ ਸੀਗਾ ਸਿੰਘ ਵਾਲਾ, ਉਹਨੂੰ ਕਹਿਣਾ ਮਨਜੀਤ ਗੋਲ ਨਾ ਹੋਣ ਤਾਂ ਹੈਫ ਟਾਈਮ ਤਾਂ ਹੀ, ਮਗਰੋਂ ਨਹੀਂ ਪੂਰੇ ਹੋ ਜਾਣੇ ਬੰਦੇ ਤਾਂ ਫੇਰ ਹੀ ਠੀਕ ਆ. Those days were very joyful days. Yeah. Very joyful days. Yeah. And did you do anything else, like other than field hockey? And field hockey is isle na ਹਰਜੀਤ ਹੋਣੀ ਆ ਗਿਆ 1955 ਦੇ ਵਿੱਚ, ਤਾਂ ਆਂਟੀ ਜੀ ਹੁਣ ਫਿਰ ਜਿੱਦਾਂ ਤੁਹਾਨੂੰ ਦੱਸਿਆ ਭਾਈ ਮੇਰੇ ਡੈਡੀ ਬਾਬਾ ਜੀ ਤਾਂ ਹਰਜੀਤ ਹੋਣਾ ਡੈਡੀ ਇਹ ਗੁੱਡ ਫਰੈਂਡ ਸੀਗੇ. ਮੈਂ ਜਿਸ ਵੇਲੇ ਮੈਂ ਇੰਡੀਆ ਤੋਂ ਤੁਰਿਆ ਤਾਂ ਮੈਨੂੰ ਬਾਬਾ ਜੀ ਕਹਿੰਦੇ ਕਾਕਾ ਭਾਈ ਤੇਰਾ ਵਿਆਹ ਮੈਂ ਕਰਨਾ, ਇੰਡੀਆ 'ਚ ਮੈਂ ਵਿਆਹ ਕਰਨਾ, ਤਾਂ ਉਹਨਾਂ ਦੀ 54 'ਚ ਮੈਨੂੰ ਚਿੱਠੀ ਆਈ, ਕਹਿੰਦਾ ਕਿ ਮੈਂ ਪ੍ਰੋਮਿਸ ਕੀਤਾ ਸੀਗਾ ਭਾਈ ਭਾਈ ਮੈਂ ਉਹਨੂੰ ਚਿੱਠੀ ਲਿਖਤੀ ਬਾਅਦ, ਮੈਂ ਕਿਹਾ ਜਿਹੜਾ ਮੇਰਾ ਪ੍ਰੋਮਿਸ ਤੁਹਾਡਾ ਅੰਡਰਸਟੈਂਡ ਆ. ਹਾਂਜੀ, ਸੋ ਉਹਨੀ ਫਿਰ ਇਹਨਾਂ ਨਾਲ ਗੱਲ ਕਰਕੇ ਉਹ ਜਿਹੜੀ ਫਿਰ ਟੈਲਾਗ੍ਰਾਮ ਤੁਹਾਨੂੰ ਦਿਖਾਲੀ ਹੈਗੀ ਆ, ਹਾਂਜੀ ਭਾਈ ਸਾਡੀ ਕਰਵਾਈ ਹੋ ਗਈ ਤਾਂ ਫਿਰ ਇੱਥੇ ਆ ਗਏ ਸਾਡੇ ਕੋਲ. ਹਾਂਜੀ, ਹਾਂ ਆਂਟੀ ਤਾਂ ਠੀਕ ਲੱਗਣਾ ਹੀ ਆ, ਕਿਉਂਕਿ ਇਹਨਾਂ ਨੂੰ ਫਿਰ ਜਿਹੜਾ ਇਹਨਾਂ ਨੂੰ ਕੋਈ ਓਬਲੀਗੇਸ਼ਨ ਨਾ ਹੋਈ ਕੋਈ ਕਿਸ ਕਿਸਮ ਦੀ, ਕਿਉਂਕਿ ਜਿਹੜੇ ਸਾਡੇ ਸੁਭਾਅ ਸਾਡੇ ਨਾਲ ਗਾ, ਹਾਂਜੀ ਸੋ ਮਚ ਕਾਮਨ ਬਿਟਵੀਨ ਬੋਥ ਆਫ ਅਸ, ਸੋ ਵਾਟ ਆਰ ਵੀ ਡੂ ਟੂਗੈਦਰ ਐਂਡ walk together, stand together. Oh, do you guys still go walking outside? Yeah, we walk together and senior centers always get together. Yeah. Yeah. Sometimes I take them ladies into my group too. ਜਿੱਦਣ ਕਿਤੇ ਹੋਵੇ ਕਿਸੇ ਦਾ ਬਰਥਡੇ, ਸਾਨੂੰ ਕੋਈ ਬੰਦਾ ਜਾਣਦਾ ਹੋਵੇ ਨਾ, ਅਸੀਂ ਉਹਨਾਂ ਨੂੰ ਫਿਰ ਇਹਨਾਂ ਨੂੰ ਕਹੀਦਾ ਹੈਗਾ, ਉਹ ਜਿਹੜੀ ਸਾਡੀ ਸੀਨੀਅਰ ਸੁਸਾਇਟੀ ਆ ਨਾ ਮੰਗਲਵਾਰ ਦੀ, ਉਹਦੇ ਵਿੱਚ ਬੀਬੀ ਅਸੀਂ 6 ਵਰੇ 7 ਵਰੇ ਮੈਂ ਬੱਸ ਟੂਰ 'ਤੇ ਲੈ ਕੇ ਗਿਆ ਜਿਹੜੀ ਹੈ ਮੰਗਲਵਾਰੀ ਸੁਸਾਇਟੀ ਨੂੰ ਬੱਸ ਟੂਰ 'ਤੇ. How many people are there? 40 people. 40 people bus. ਹਾਂਜੀ, ਬਸ ਟੂਰ 'ਤੇ ਲੈ ਕੇ ਗਿਆ, ਪਰ ਜਿਸ ਵੇਲੇ ਹੈ ਨਾ 2 ਹਫ਼ਤੇ ਪਹਿਲਾਂ ਮੈਂ ਉਹਨਾਂ ਨੂੰ ਕਹਿ ਦੇਣਾ ਹੈਗਾ ਵੀ ਆਪਣੇ ਬੱਸ ਟੂਰ ਜਾਣਾ ਹੈਗਾ, ਫਲਾਨੀ ਵਿਸਲ ਨੂੰ ਜਾਣਾ ਜਾਂ ਕਿਤੇ ਉਧਰ ਨੂੰ ਜਾਣਾ, ਵੀ ਤੁਸੀਂ ਆਪਣੇ ਨਾਨਕਾ ਨਾਲ ਮੈਨੂੰ ਪੈਸੇ ਦਿਓ. ਅਸੀਂ ਮੈਂ ਹੁਣ ਤੁਸੀਂ ਸਰਪ੍ਰਾਈਜ਼ ਹੋਣਾ ਵੀ ਪੈਸੇ ਕਿੰਨੇ ਚਾਰਜ ਕਰਦੇ ਹਾਂ. ਅਸੀਂ ਬੀਬੀ $10 ਚਾਰਜ ਕਰਦੇ ਸਾਰੇ ਸਾਰੇ ਦਿਨ ਦੇ ਬੱਸ ਟੂਰ ਦੇ ਵਿੱਚੇ ਖਾਣਾ ਦੇਣਾ ਐਂਡ ਸਨੈਕਸ ਟੂ
ਉਹਦੇ ਨਾਲ ਫਿਰ ਜਿਹੜੇ ਹੈਗੇ ਉਹ ਫਿਰ ਉਹਨਾਂ ਨੂੰ ਲੈ ਜਾਣਾ ਤੇ ਜਿਸ ਵੇਲੇ ਜੇ ਤਾਂ ਮੈਨੂੰ ਹਫ਼ਤਾ ਪਹਿਲਾਂ ਕਿਸੇ ਨੇ ਨਹੀਂ ਪੈਸੇ ਦਿੱਤੇ ਫਿਰ ਮੈਂ ਆਂਟੀ ਨੂੰ ਕਹਿਣਾ ਹਰਜੀਤ ਨੂੰ ਵੀ ਮੇਰੇ ਕੋਲ ਇੰਨੀਆਂ ਸੀਟਾਂ ਖਾਲੀ ਆ ਤੇ ਤੂੰ ਆਪਣੀ ਫਰੈਂਡ ਨੂੰ ਸੱਦ ਲਾ ਸੋ ਉਹਦੇ ਵਿੱਚ ਫਿਰ ਇਹ ਅੱਠ ਜਾਂ ਦਸ ਜਿਹੜੀ ਇਹਨਾਂ ਦੀ ਫਰੈਂਡਾਂ ਹੁੰਦੀਆਂ ਜੀ ਉਹਨਾਂ ਨੂੰ ਨਾਲ ਲੈਜਣਾ ਉਹਨਾਂ ਦੇ ਵੀ ਡਾਲੇ ਉਹਨਾਂ ਤੋਂ ਵੀ ਦਸੇ ਚਾਰਜ ਕਰਨੇ ਹੈਗੇ ਉਹ ਸਾਡੀ ਕਾਸਟ ਤਾਂ ਬੀਬੀ ਆਉਂਦੀ ਸੀ 20-22 ਡਾਲੇ ਚਾਰਜ ਜਿਹੜੇ ਹੁਣ ਜਿਹੜੇ ਲੋਕੀ ਸਾਨੂੰ ਪੈਸੇ ਦਿੰਦੇ ਆ ਜਿਹੜੀ ਸਾਡੀ ਮੰਗਲਵਾੜੀ ਸੁਸਾਇਟੀ ਆ ਉਹਦੇ 'ਚ ਅਸੀਂ ਘੁੱਟਣੇ ਉਹਨਾਂ ਦੇ ਉਹ ਮੈਂਬਰਸ਼ਿਪ ਨਹੀਂ ਰੱਖੀ ਉਹ ਫ੍ਰੀ ਆਫ ਮੈਂਬਰਸ਼ਿਪ ਤਾਂ ਜੇ ਜਿਹੜਾ ਕੋਈ ਮਰਜ਼ੀ ਆਵੇ ਤਾਂ ਜਿਹੜੇ ਸਾਨੂੰ ਫਿਰ ਨਾ ਅਸੀਂ ਲੋਕਾਂ ਨੂੰ ਫਿਰ ਚੀਜ਼ਾਂ ਬਣਾ ਬਣਾ ਕੇ ਕਰਾਉਂਦੇ ਹੈਗੇ ਹਾਂ ਉਹ ਸਾਨੂੰ ਫਿਰ ਪੈਸੇ ਆਪਣੇ ਆਪ ਦਿੰਦੇ ਰਹਿੰਦੇ ਥੋੜ੍ਹੇ ਬਹੁਤੇ ਸੋ ਸਾਡੀ ਜਿਹੜੀ ਸੁਸਾਇਟੀ ਆ ਉਹਦੇ ਆਧਾਰ 'ਤੇ ਚੱਲਦੀ ਆ ਸੋ ਇਸ ਕਰਕੇ ਉਹ ਹੁਣ ਕਈ ਵਾਰੀ ਅਸੀਂ ਕਦੇ ਵੀ ਇਕੱਲੇ ਆਦਮੀ ਨਹੀਂ ਗਏ ਤਾਂ ਵਿੱਚ ਛੇ ਜਾਂ ਅੱਠ ਲੇਡੀਆਂ ਜ਼ਰੂਰ ਹੁੰਦੀਆਂ ਕਿਉਂਕਿ ਉਹਦੇ ਨਾਲ ਫਿਰ ਜੇ ਫਿਰ ਮੈਨੂੰ ਮੁਗਲੇ ਪੁੱਛਣ ਵੀ ਹਾਲੇ ਕੋਈ ਹੈ ਅੱਜ ਕੱਲ੍ਹ ਤੁਹਾਨੂੰ ਚੋਇਸ ਦਿੱਤੀ ਸੀ ਇਹਨੂੰ ਪੈਸੇ ਦਿਓ ਵੀ ਤਾਂ ਫਿਰ ਤੁਹਾਡੀ ਫਿਰ ਪੂਰਾ ਹੋਤਾ ਤੁਸੀਂ ਜਾ ਸਕਦੇ ਹੈਗੇ ਸੋ ਉਹਦੇ ਨਾਲ ਫਿਰ ਆਂਟੀ ਹੋਣਾਂ ਦੀ ਜਿਹੜੀ ਫਰੈਂਡਸ਼ਿਪ ਹੋਣੀ ਹੈ ਉਹ ਇਹਨਾਂ ਦੀ ਸਹੇਲੀਆਂ ਹੈਗੀਆਂ ਉਹ ਸਾਡੇ ਨਾਲ ਆ ਜਾਂਦੀਆਂ ਹਾਂਜੀ Thank you so much, Uncle G. Okay, thank you.